지아누지 ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਤੇ ਪ੍ਰੋਗਰਾਮ ਦੇਸੀ ਗੱਲਾਂ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਸਿੱਧੂ ਤੇ ਮੇਰੇ ਨਾਲ ਨੇ ਭੈਣ ਕੀਮਤ ਤੇਨੂੰ ਸਤਿ ਸ੍ਰੀਕਾਲ ਜੀ ਪਹਿਲੇ ਪ੍ਰੋਗਰਾਮ ਬਾਰੇ ਜਰੂਰ ਸਾਂਝ ਪਾਓ ਦੇਖੋ ਅਛਾ ਆਪਾਂ ਆਪਦੇ ਘਰ ਦੀ ਸਫਾਈ ਵੀ ਕਰਦੇ ਆਪਾਂ ਆਪਦੇ ਆਲੇ ਦੁਆਲੇ ਦੀ ਸਫਾਈ ਵੀ ਕਰਦੇ ਹਣਾ ਤੇ ਕਈ ਵਾਰ ਜਦੋਂ ਆਪਾਂ ਦਿਵਾਲੀ ਵੇਲੇ ਸਫਾਈ ਕਰਦੇ ਆ ਉਹਦੋਂ ਆਪਾਂ ਬਹੁਤ ਬਰੀਕੀ ਨਾਲ ਸਫਾਈ ਕਰਦੇ ਆ ਹਣਾ ਤੇ ਐਸਨ ਮੈਨੂੰ ਲੱਗਦਾ ਆਪਦੇ ਦਿਮਾਗ ਦੀ ਸਫਾਈ ਵੀ ਸਾਨੂੰ ਕਰਨੀ ਚਾਹੀਦੀ ਹੈ ਹਣਾ ਵੀ ਕਈ ਵਾਰ ਕੋਈ ਸਧਾਰਨ ਗੱਲ ਕਹਿ ਦਿੰਦਾ ਹਣਾ ਤੇ ਆਪਾਂ ਉਸੇ ਗੱਲ ਨੂੰ ਕੈਚ ਕਰਕੇ ਆਪਦੇ ਦਿਮਾਗ ਦੇ ਵਿੱਚ ਬਿਠਾ ਲੈਨੇ ਆ ਤੇ ਉਸੇ ਗੱਲ ਦਾ ਹੀਰਖਾ ਵੀ ਕਰਨ ਲੱਗ ਜੰਨੇ ਆ ਹਮ ਇੱਕ ਪੈਣੇ ਚੋਰਾ ਹੁੰਦਾ ਹਣਾ ਕਿਸੇ ਗੱਲ ਦਾ ਆਪਾਂ ਨੂੰ ਚੋਰਾ ਲੱਗ ਗਿਆ ਉਹ ਕਿਉਂ ਲੱਗ ਕੋਈ ਵੀ ਮਾੜੀ ਚੀਜ਼ ਨੂੰ ਵਾਰੀ-ਵਾਰੀ ਵਾਰੀ-ਵਾਰੀ ਉਹ ਜਿਹਨੂੰ ਸੋਚੀ ਜਾਂਦੇ ਆ ਹਨਾ ਇੱਕ ਰੋਗ ਲਾ ਲੈਂਦੇ ਆ ਆਪਦੇ ਆਪ ਨੂੰ ਹੁਣ ਤੁਸੀਂ ਦੇਖੋ ਅਪਾ ਕਿਤੇ ਨਾ ਕਿਤੇ ਆਪਾਂ ਉਹਦੇ ਘਰ ਦੀ ਸਫਾਈ ਕਰਦੇ ਘਰ ਦੀ ਸਫਾਈ ਵੈਸੇ ਆਪਾਂ ਡੇਲੀ ਕਰਦੇ ਆ ਪਰ ਦਿਵਾਲੀ ਵੇਲੇ ਜਿਵੇਂ ਤੁਸੀਂ ਕਿ ਆਪਾਂ ਬਹੁਤ ਬਰੀਕੀ ਨਾਲ ਕਰਦੇ ਆ ਹਨਾ ਉਸੇ ਤਰ੍ਹਾਂ ਹੀ ਮੈਨੂੰ ਲੱਗਦਾ ਵੀ ਆਪਣੀ ਦਿਮਾਗ ਦੀ ਸਫਾਈ ਵੀ ਹੋਣੀ ਚਾਹੀਦੀ ਆਪਣਾ ਮਨ ਵੀ ਸਾਫ਼ ਹੋਣਾ ਚਾਹੀਦਾ ਹਨਾ ਕਹਿੰਦੇ ਹੁੰਦੇ ਨੇ ਨਾ ਵੀ ਮਨ ਜਿੱਤੇ ਜਗ ਜੀਤ ਹਨਾ ਜਿਹਦੇ ਮਨ ਜਿੱਤ ਲੈ ਕਿਸੇ ਦਾ ਜੇ ਉਹਦੇ ਮਨ ਦੇ ਵਿੱਚ ਆਪਦੇ ਚ ਖਾ ਰਹਿਣੀ ਤਾਂ ਫਿਰ ਉਹਨੂੰ ਦੂਜੇ ਦਾ ਮਨ ਵੀ ਚੰਗਾ ਹੀ ਲੱਗੂਗਾ ਹਨਾ ਜਿਹਨੇ ਮਨ ਜਿੱਤ ਲਿਆ ਤੇ ਜੱਗ ਤਾਂ ਜਿੱਤੀ ਜਿੱਤੀ ਲੈ ਹਨਾ ਤਾਂ ਵੀ ਇਦਾਂ ਹੀ ਆਪਾਂ ਨੂੰ ਚੰਗੀਆਂ ਗੱਲਾਂ ਜਿਹੜੀਆਂ ਆਪਦੇ ਕੋਲ ਰੱਖਣੀਆਂ ਚਾਹੀਦੀਆਂ ਤੇ ਮਾ ਔਰ ਡਿਲੀਟ ਕਰ ਦੇਣਾ ਚਾਹੀਦਾ ਬਿਲਕੁਲ ਅਰਚੀ ਵੀ ਕਈ ਹੁੰਦੇ ਆ ਵੀ ਆਪਾਂ ਕਹਿੰਦੇ ਨੇ ਵੀ ਮੂੰਹ ਤੇ ਗੱਲ ਕਹਿਣੀ ਹੈ ਨਾ ਵੀ ਮੂੰਹ ਤੇ ਗੱਲ ਕਹਿੰਦੇ ਇਹਦਾ ਮਤਲਬ ਹੁੰਦਾ ਵੀ ਉਹਦੇ ਅਗਲੇ ਆਪਾਂ ਕੋਈ ਕਿਸੇ ਨੂੰ ਕੋਈ ਗੱਲ ਕਹਿੰਦਾ ਨਾ ਤੇ ਉਹ ਅਗਲਾ ਕਈ ਵਾਰ ਹੁੰਦਾ ਵੀ ਉਹਨੂੰ ਆਪਾਂ ਕਹ ਜਿਆਦਾ ਬੋਲਦੇ ਹੋਵੇ ਤਾਂ ਉਹਨੂੰ ਆਪਾਂ ਕਹਦੇ ਨੇ ਇਹ ਤਾਂ ਮੂੰਹ ਫਟਾ ਹੈ ਨਾ ਵੀ ਇਹ ਤਾਂ ਮੂੰਹ ਤੇ ਫਟਮ ਦੇਣੇ ਗੱਲ ਕਹਿ ਹੀ ਦਿੰਦਾ ਬਿੰਦਵੇਸੀ ਤੇ ਉਹ ਮੈਨੂੰ ਲੱਗਦਾ ਵਧੀਆ ਵੀ ਰਹਿੰਦਾ ਜਿਹੜੀ ਕੋਈ ਗੱਲ ਹੁੰਦੀ ਅਗਲੇ ਨੂੰ ਮੂੰਹ ਤੇ ਕਹਿ ਦਿੰਦਾ ਉਹ ਦਿਲ ਦੇ ਵਿੱਚ ਨਹੀਂ ਰੱਖਦਾ ਕੋਈ ਖਾਰ ਨਹੀਂ ਰੱਖਦਾ ਹੈ ਨਾ ਤੇ ਅਗਲੇ ਨੂੰ ਗੁੱਸਾ ਲੱਗੂ ਬਿੰਦ ਦਾ ਇੰਦਾਂ ਤੇ ਉਸੇ ਗੱਲ ਦਾ ਹੀ ਇਰਖਾਈ ਕਰੀ ਜਾਂਦਾ ਜ਼ਹਿਰ ਅੰਦਰੇ-ਅੰਦਰ ਖੋਲੀ ਜਾਂਦਾ ਸੋ ਮੈਨੂੰ ਲੱਗਦਾ ਜਦੋਂ ਆਪਾਂ ਅੰਦਰੇ-ਅੰਦਰ ਗੱਲ ਰੱਖਦੇ ਆਪਦੇ ਦਿਮਾਗ ਦੇ ਵਿੱਚ ਰੱਖਦੇ ਤੋ ਉਹ ਤਾਂ ਕੋਈ ਨਾ ਕੋਈ ਆਪਾਂ ਆਪਦੇ ਆਪ ਨੂੰ ਬਿਮਾਰੀ ਲਾ ਲੈਨੇ ਹੂੰ ਰੋਗ ਹੀ ਪੈਣੀ ਆਏ ਲੱਗਦੇ ਆ ਹੁਣ ਤੁਸੀਂ ਦੇਖੋ ਆਪਾਂ ਨੂੰ ਇੱਕ ਟਾਈਮ ਤੇ ਕਿਸੇ ਨੇ ਕੋਈ ਗੱਲ ਕਹਿਤੀ ਹੋ ਸਕਦਾ ਕਿਸੇ ਗੁੱਸੇ 'ਚ ਕਹੀ ਹੋਵੇ ਹੋ ਸਕਦਾ ਉਹਨੇ ਨੇਚਰਲੀ ਕਹਿੰਦੀ ਹੋਵੇ ਆਪਾਂ ਹੀ ਉਹ ਚੀਜ਼ ਨੂੰ ਮਾੜਾ ਗਿਨ ਲਿਆ ਹੋਵੇ ਹਨਾ ਤਾਂ ਫਿਰ ਆਪਾਂ ਉਹ ਚੀਜ਼ ਨੂੰ ਸੋਚਦੇ ਆ ਵੀ ਕੋਈ ਨਹੀਂ ਟਾਈਮ ਆਉਣ ਦੇ ਤੇਰੇ ਤੇ ਵੀ ਅਸੀਂ ਆਹ ਆ ਗੱਲ ਤੈਨੂੰ ਵੀ ਕਵਾਂਗੇ ਹਨਾ ਆਪਾਂ ਉਹ ਦਿਮਾਗ 'ਚ ਗੱਲ ਬਿਠਾ ਲੈਣੇ ਆ ਹਾਂ ਤਾਂ ਆਪਾਂ ਆਪਸ ਹੀ ਆਪਾਂ ਹੁਣ ਜਿਵੇਂ ਘਰੇ ਬੱਚੇ ਹੁੰਦੇ ਆ ਹਨਾ ਜਿਵੇਂ ਉਹ ਆਪਸ 'ਚ ਕਹਿਣ ਵੀ ਮੈਨੂੰ ਪਾਣੀ ਦਾ ਗਲਾਸ ਫੜਾਈ ਉਹ ਕੀ ਕਹੂਗਾ ਤੂੰ ਮੈਨੂੰ ਕੱਲ ਫੜਾਇਆ ਸੀ ਉਸ ਟਾਈਮ ਤੇ ਤੂੰ ਐ ਕੀਤਾ ਸੀ ਤਾਂ ਮੈਂ ਕਿਉਂ ਕਰਾਂ ਹਨਾ ਉਹ ਚੀਜ਼ਾਂ ਪਰ ਰੱਖ ਲੈਂਦੇ ਆ ਹਾਂ ਆਪਾਂ ਗੁੱਸੇ ਵਾਲੀ ਗੱਲ ਫਿਰ ਦਿਮਾਗ ਦੇ ਫਿਰ ਵਿੱਚ ਰੱਖ ਲੈਣੀ ਤੇ ਉਹ ਹੀ ਗੱਲ ਫਿਰ ਬਾਰੀ-ਬਾਰੀ ਚੱਕ ਲੈਣੀ ਹਾਂ ਤੇ ਉਹਨੇ ਇਹ ਤਾਂ ਨਹੀਂ ਨਾ ਸੋਚਿਆ ਕਿ ਇਤੋਂ ਬਾਅਦ ਚ ਉਹਨੇ ਮੇਰੇ ਕਿੰਨੇ ਕੰਮ ਕੀਤੇ ਆ ਹਨਾ ਪਰ ਉਹਨੇ ਉਹ ਹੀ ਚੀਜ਼ ਯਾਦ ਰੱਖ ਲਈ ਕਿ ਉਹ ਉਸ ਟਾਈਮ ਤੇ ਮੇਰਾ ਆ ਇੱਥੇ ਸਾਥ ਨਹੀਂ ਦਿੱਤਾ ਸੀਗਾ ਹੁਣ ਕਈ ਵਾਰੀ ਕੀ ਹੁੰਦਾ ਨਾ ਆਪਣੇ ਘਰੇ ਵਿਆਹ ਦਾ ਕਾਰਡ ਹੁੰਦਾ ਹਨਾ ਤੇ ਬਾਈ ਚਾਂਸ ਉਹ ਬੰਦੇ ਤੋਂ ਨਾ ਆਇਆ ਜਾਵੇ ਹਨਾ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਇਹੋ ਜੀ ਸਿਚੁਏਸ਼ਨ ਹੁੰਦੀ ਹੈ ਜਾਂ ਕਈ ਵਾਰੀ ਬੰਦਾ ਬਿਮਾਰ ਹੋ ਗਿਆ ਹੋਵੇ ਜਾਂ ਕਈ ਵਾਰ ਕੋਈ ਬਾਹਰ ਗਿਆ ਹੋਵੇ ਹਨਾ ਤਾਂ ਆਪਣੇ ਤੋਂ ਨਹੀਂ ਪਹੁੰਚਿਆ ਜਾਂਦਾ ਤੇ ਫਿਰ ਆਪਾਂ ਕੀ ਜਦੋਂ ਉਹਨਾਂ ਦੇ ਕੋਈ ਕਾਰਡ ਆਵੇ ਆਪਣੇ ਘਰੇ ਫਿਰ ਆਪਾਂ ਕਹਿੰਨੇ ਲੈ ਇਹ ਤਾਂ ਆਪਣੇ ਉਸ ਟਾਈਮ ਤੇ ਆਏ ਨਹੀਂ ਸੀ ਆਪਾਂ ਵੀ ਨਹੀਂ ਜਾਂਦੇ ਹਨਾ ਆਪਾਂ ਵੀੜੀ ਕਰਨ ਲੱਗ ਜੰਨੇ ਆ ਵੀੜੀ ਲਾ ਲੈਨੇ ਕਈ ਵਾਰ ਅਰਚਾ ਆਪਾਂ ਨੂੰ ਅਗਲਾ 10 ਵੀ ਦਿੰਦਾ ਵੀ ਅਸੀਂ ਐਸ ਕਰਕੇ ਨਹੀਂ ਆਏ ਹਨਾ ਆਪਾਂ ਕਹਦੇ ਨੇ ਹੋਏ ਤਾਂ ਹੁਣ ਪੱਜ ਮਾਰਦੇ ਹਨਾ ਵੀ ਜਾਣ ਕਿਉਂ ਹੀ ਨਹੀਂ ਆਏ ਇਹ ਜੀ ਤੇ ਇਵੇਂ ਹੁੰਦਾ ਭਣੀ ਹੁਣ ਆਪਣੇ ਨਾ ਆਮ ਹੀ ਘਰਾਂ ਦੇ ਵਿੱਚ ਕੀ ਹੁੰਦਾ ਜਦੋਂ ਵਿਆਹ ਸ਼ਾਦੀ ਹੋਵੇ ਘਰੇ ਹਨਾ ਤਾਂ ਉਹ ਦੋਨੋਂ ਆਪਾਂ ਸੂਟ ਦਿੰਨੇ ਆ ਕਿਸੇ ਨੂੰ ਹਨਾ ਖੁਸ਼ੀ ਵਜੋਂ ਆਪਾਂ ਦੇ ਦਿੰਨੇ ਆ ਵੇ ਆਪਣਾ ਵਿਹਾਰ ਹੀ ਹੁੰਦਾ ਅਰਚ ਕੱਪੜੇ ਦੇਣ ਲੈਣ ਦਾ ਤਾਂ ਤਾਂ ਉਦੋਂ ਪੈਣੀ ਕੀ ਹੁੰਦਾ ਨਾ ਆਪਾਂ ਉਹ ਚੀਜ਼ ਕਿੰਨੇ ਕਿੰਨੇ ਸਾਲਾਂ ਦੀਆਂ ਵੀ ਯਾਦ ਰੱਖਦੇ ਆ ਹਨਾ ਵੀ ਉਸ ਟਾਈਮ ਤੇ ਉਹਨਾਂ ਨੇ ਆਪਾਂ ਨੂੰ ਇਦਾਂ ਦਾ ਸੂਟ ਦਿੱਤਾ ਸੀ ਆਪਾਂ ਵੀ ਇਹਨੂੰ ਇਦਾਂ ਦਾ ਸੂਟ ਹੀ ਦੇਣਾ ਹਨਾ ਜੇ ਅਗਲੇ ਨੇ ਮਾੜਾ ਦਿੱਤਾ ਸੀ ਤਾਂ ਆਪਾਂ ਮਾੜਾ ਦੇਵਾਂਗੇ ਤੇ ਚੰਗਾ ਦਿੱਤਾ ਸੀ ਤਾਂ ਆਪਾਂ ਕਹਿੰਨੇ ਵੀ ਆਪਾਂ ਇਦੋਂ ਵੀ ਚੰਗਾ ਦੇਈ ਵੀ ਅਗਲਾ ਆਖੂਗਾ ਵੀ ਅਸੀਂ ਤੇ ਇੰਨਾ ਚੰਗਾ ਦਿੱਤਾ ਸੀਗਾ ਉਹ ਵੀ ਦੁਕਾਨ ਤੇ ਬਣਾ ਕੇ ਉਹਦੇ ਨਵਾਂ ਹੀ ਦਿੱਤਾ ਸੀ ਮੈਨੂੰ ਜੀ ਤਾਂ ਤੁਸੀਂ ਦੇਖੋ ਕਈ ਵਾਰੀ ਨਾ ਜੇ ਆਪਾਂ ਨੂੰ ਕੋਈ ਸਿੱਧਾ ਜਾਂ ਸੂਟ ਵੀ ਦੇ ਦੇਣ ਹਨਾ ਤਾਂ ਆਪਾਂ ਨੂੰ ਇਹ ਸੋਚਣਾ ਚਾਹੀਦਾ ਵੀ ਜੇ ਬੰਦੇ ਨੇ ਉਹ ਮੈਨੂੰ ਚੀਜ਼ ਦਿੱਤੀ ਹੋ ਸਕਦਾ ਉਹਦੇ ਉਹ ਹਾਲਾਤ ਹੀ ਨਾ ਹੋਣ ਹਨਾ ਚੰਗੀ ਚੀਜ਼ ਦੇਣ ਦੇ ਜਾਂ ਹੋ ਸਕਦਾ ਵੀ ਉਸ ਟਾਈਮ ਤੇ ਉਹ ਟ੍ਰੈਂਡੀ ਹੋ ਚੱਲਦਾ ਹੋਵੇ ਤੇ ਆਪਾਂ ਨੂੰ ਉਹ ਚੀਜ਼ ਨਾ ਪਸੰਦ ਆਈ ਹੋਵੇ ਹਨਾ ਵੀ ਅਗਲੇ ਨੇ ਤਾਂ ਪੂਰਾ ਆਪਦਾ ਮਨੋਂ ਤਨੋਂ ਲਾ ਕੇ ਉਹ ਚੀਜ਼ ਦਿੱਤੀ ਹੋਵੇ ਤੇ ਆਪਾਂ ਨੂੰ ਨਾ ਪਸੰਦ ਆਈ ਹੋਵੇ ਤੇ ਇਦਾਂ ਦੀਆਂ ਚੀਜ਼ਾਂ ਫਿਰ ਉਹ ਆਪਾਂ ਕਿੰਨੇ ਕਿੰਨੇ ਸਾਲ ਬਾਅਦ ਆਪਾਂ ਉਹ ਚੀਜ਼ਾਂ ਨੂੰ ਯਾਦ ਕਰਦੇ ਆਪਾਂ ਕਹਿੰਦੇ ਵੀ ਹੁਣ ਆਵਲਾ ਸੂਟ ਨਾ ਇਹਨਾਂ ਨੇ ਦਿੱਤਾ ਸੀ ਤੇ ਆਪਾਂ ਵੀ ਇਹਨਾਂ ਨੂੰ ਮੋੜ ਦੇਣਾ ਉਹ ਦੇਖੋ ਕਈ ਵਾਰ ਆਪਾਂ ਜੇ ਪਿਆ ਸੂਟ ਕੱਢ ਗਏ ਹਨਾ ਹੋਰ ਕੱਪੜੇ ਕੱਢਿਓ ਮੂਹਰੇ ਆ ਜਾਈ ਤੇ ਉਦੋਂ ਵੀ ਆਪਣੇ ਦਿਮਾਗ 'ਚ ਉਹੀ ਗੱਲ ਆਉਂਦੀ ਹੈ ਹਨਾ ਵੀ ਇਹਨਾਂ ਨੇ ਸਾਨੂੰ ਇਹ ਸੂਟ ਹਾਂ ਤੇ ਫਿਰ ਆਪਾਂ ਉਦਾਂ ਦੀ ਚੀਜ਼ ਹੀ ਦੇਣ ਦੀ ਕੋਸ਼ਿਸ਼ ਕਰਦੇ ਆ ਹੁਣ ਕੋਈ ਆਪਾਂ ਨੂੰ ਬਹੁਤ ਪੁਰਾਣੀ ਹੁਣ ਤੁਸੀਂ ਇਹੀ ਗੱਲ ਆ ਹੋਣਾ ਮੈਂ ਤੁਹਾਨੂੰ ਕੋਈ ਗੱਲ ਕਹੀ ਹਿੰਦੀ ਆ ਮੈਂ ਤਾਂ ਆਪਦੇ ਅਣੀ ਉਹ ਹਾਸੇ ਮੁਖੌਲ ਚ ਵੈਸੀ ਗੱਲ ਕਹਤੀ ਹੈ ਨਾ ਤੁਹਾਨੂੰ ਬੁਰੀ ਲੱਗੀ ਪਰ ਮੈਨੂੰ ਨਹੀਂ ਪਤਾ ਵੀ ਉਹ ਤੁਹਾਨੂੰ ਬੁਰੀ ਲੱਗੀ ਆ ਹੈਨਾ ਤੇ ਜੇ ਤੁਸੀਂ ਮੇਰੇ ਨਾਲ ਉਸੇ ਟਾਈਮ ਤੇ ਆ ਕੇ ਗੱਲ ਕਰ ਲਉਂਗੇ ਤਾਂ ਆਪਣੀ ਕੋਈ ਏਡੀ ਗੱਲ ਵੀ ਨਹੀਂ ਹੈਗੀ ਹੈਨਾ ਫਿਰ ਗੱਲ ਉੱਥੇ ਨਿਬੜ ਜਾਂਦੀ ਹੈ ਹਾਂ ਤੇ ਜੇ ਮੈਨੂੰ ਲੱਗਦਾ ਵੀ ਤੁਸੀਂ ਉਹ ਆਪਦੇ ਅੰਦਰ ਭਰੀ ਆਉਂਗੇ ਵੀ ਹਾਂ ਅਰਸ਼ ਨੇ ਉਸ ਟਾਈਮ ਤੇ ਮੈਨੂੰ ਆਏ ਕਿਆ ਸੀਗਾ ਤੇ ਮੈਂ ਵੀ ਮੌਕਾ ਆਨ ਤੇ ਸੁਣਾਉਂਗੀ ਹੈਨਾ ਤਾਂ ਵੀ ਉਹ ਗੱਲ ਫਿਰ ਆਪਣੀ ਵਾਦੀ ਵਾਦੀ ਵਾਜ ਜਾਂਦੀ ਹੈ ਬਿਲਕੁਲ ਅਰਚ ਇੱਕ ਤਾਂ ਹੁੰਦੀ ਜਿਵੇਂ ਕਹਿੰਦੇ ਹੁੰਦੇ ਮਾੜੀ ਸੋਚ ਤੇ ਇੱਕ ਹੁੰਦੀ ਚੰਗੀ ਸੋਚ ਹੈ ਨਾ ਵੀ ਕਈ ਵਾਰ ਤੁਹਾਡੇ ਵਾਲੀ ਗੱਲ ਵੀ ਅਗਲਾ ਤਾਂ ਸੁਧਾਰਨ ਗੱਲਾਂ ਕਰਨ ਹੁੰਦਾ ਕਿਸੇ ਦੀ ਆਦਤ ਹੁੰਦੀ ਹੈ ਵੀ ਕੋਈ ਗੱਲ ਨਾ ਕਹਿਣੀ ਹੁੰਦੀ ਹੈ ਵੀ ਮੂੰਹ ਤੇ ਅਗਲਾ ਗੱਲ ਕਹਿ ਵੀ ਦਿੰਦਾ ਹੈ ਨਾ ਵੀ ਨਹੀਂ ਚਿਪਦਾ ਤੇ ਕਈ ਵਾਰ ਅਗਲੇ ਨੂੰ ਹੁੰਦਾ ਗਾਂ ਕੈਚ ਕਰਨ ਵਾਲਾ ਉਹ ਬੁਰੀ ਸੋਚ ਨਾ ਹੀ ਸੋਚਦਾ ਹੈ ਨਾ ਉਹਨੂੰ ਆਹ ਹੁੰਦਾ ਵੀ ਇਹ ਗੱਲ ਕਹੀ ਤੇ ਨਹੀਂ ਮੈਨੂੰ ਲਾ ਕੇ ਕਹੀ ਹੈ ਨਾ ਜੈਨ ਮੈਨੂੰ ਵੇਚਦੀ ਇਹ ਗੱਲ ਮੇਰੇ ਵਿੱਚ ਦੀ ਕੱਢੀ ਜਿਹੜੀ ਮੈਂ ਆ ਗੱਲ ਕਰੀ ਹੈ ਨਾ ਅਸੀਂ ਉਸੇ ਗੱਲ ਨੂੰ ਹੀ ਲੈ ਕੇ ਬੈਠ ਜਾਨੇ ਹਨਾ ਮਾੜੀ ਸੋਚ ਨੂੰ ਵੀ ਹੂੰ ਤਾਂ ਬਣੀ ਆਈ ਹੁੰਦਾ ਜੇ ਆਪਾਂ ਨਾ ਆਪਦੇ ਦਿਮਾਗ ਦੇ ਅੰਦਰ ਇਹ ਚੀਜ਼ਾਂ ਭਰਿਆ ਹੋਈ ਹੁਣ ਕਈਆਂ ਦੀ ਆਦਤ ਕੀ ਹੁੰਦੀ ਹੈ ਨਾ ਵੀ ਕੋਈ ਆਪਾਂ ਨੂੰ ਕੋਈ ਗੱਲ ਕਹਿ ਗਈ ਗਿਆ ਆਪਾਂ ਨੂੰ ਜਵਾਬ ਨਹੀਂ ਦਿੰਦੇ ਅੱਗੋਂ ਹਨਾ ਆਪਾਂ ਉਥੇ ਚੁੱਪ ਕਰ ਜਿੰਦੇ ਆ ਫਿਰ ਉਹ ਆਪਾਂ ਨੂੰ ਅਗਲਾ ਚਾਂਸ ਦੇ ਕੇ ਫਿਰ ਆਪਾਂ ਨੂੰ ਕਹਿੰਦਾ ਹਨਾ ਫਿਰ ਆਪਾਂ ਉਥੇ ਚੁੱਪ ਕਰ ਜਿੰਦੇ ਆ ਤੇ ਜ਼ਿਆਦਾਤਰ ਚੁੱਪ ਰਹਿਣਾ ਵੀ ਮੈਨੂੰ ਲੱਗਦਾ ਚੰਗਾ ਨਹੀਂ ਹੁੰਦਾ ਨਾ ਕਿਤੇ ਨਾ ਕਿਤੇ ਪਦਾਰਥ ਅਗਲਾ ਫਾਇਦਾ ਵੀ ਠਾ ਲੈਣਦੇ ਹਾਂ ਕਿਤੇ ਨਾ ਕਿਤੇ ਆਪਾਂ ਨੂੰ ਜਵਾਬ ਦੇਣਾ ਚਾਹੀਦਾ ਉਸ ਚੀਜ਼ ਦਾ ਹਨਾ ਚਾਹੇ ਆਪਦੀ ਮਿਹਨਤ ਨਾਲ ਦੇਦੇ ਬੰਦਾ ਚਾਹੇ ਉਸ ਟਾਈਮ ਤੇ ਜਿੱਥੇ ਤੁਹਾਨੂੰ ਲੱਗਦਾ ਵੀ ਹਾਂ ਇੱਥੇ ਸਾਡਾ ਆ ਹੱਕ ਬੰਦ ਆ ਸਾਨੂੰ ਮਿਲਣਾ ਚਾਹੀਦਾ ਉੱਥੇ ਬੰਦਾ ਜ਼ਰੂਰ ਬੋਲੇ ਹਨਾ ਹਰ ਟਾਈਮ ਤੇ ਚੁੱਪ ਰਹਿਣਾ ਵੀ ਮਾੜੀ ਚੀਜ਼ ਹੁੰਦੀ ਹੈ ਫਿਰ ਚੁੱਪدار ਸ ਮੈਂ ਜਿਵੇਂ ਤੁਹਾਨੂੰ ਕਹਿਆ ਅਗਲਾ ਫਾਇਦਾ ਠਾ ਲੈਂਦਾ ਅਗਲੇ ਨੂੰ ਆਈ ਹੁੰਦਾ ਵੀ ਜੇ ਅਗਲੇ ਨੇ ਇੱਕ ਗੱਲ ਕਹਣੀ ਅੱਗੋਂ ਚਾਰ ਜੋ ਗੱਲਾਂ ਕਹਿੰਦਾ ਅਗਲਾ ਉਹਨੂੰ ਪਤਾ ਹੁੰਦਾ ਵੀ ਇਹਨੇ ਅੱਗੋਂ ਜਵਾਬ ਨਹੀਂ ਦੇਣਾ ਜਾਂ ਕੁਝ ਬੋਲਣਾ ਨਹੀਂ ਹਨਾ ਤੇ ਜੇ ਕੋਈ ਬੋਲਣ ਵਾਲਾ ਹੋਵੇ ਉਹਨੂੰ ਅਗਲਾ ਜਿਹੜੀ ਇੱਕ ਗ ਜਵਾਬ ਦੇ ਦੇ ਨਹੀਂ ਤਾਂ ਆਈ ਹੁੰਦਾ ਭੈਣੇ ਆਪਣਾ ਮਨਾਂ ਦੇ ਅੰਦਰ ਉਹ ਮੈਲ ਲੈ ਕੇ ਤੁਰੇ ਫਿਰਦੇ ਆ ਜਿਵੇਂ ਕਹਿੰਦੇ ਹੁੰਦੇ ਨਾ ਵੀ ਤੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਦੇ ਹਨਾ ਵੀ ਆਪਣੇ ਫਿਰ ਤੀਰਥਾਂ ਦੇ ਨਹਾਉਂਦਾ ਵੀ ਫਾਇਦਾ ਨਹੀਂ ਹੁੰਦਾ ਜੇ ਆਪਣੇ ਅੰਦਰੋਂ ਉਹ ਵਲੀ ਚੀਜ਼ਾਂ ਗਾਇਬ ਹੀ ਨਹੀਂ ਹੋਈਆਂ ਵੇਖੋ ਕਈ ਵਾਰ ਆਪਾਰਚ ਕਹਿ ਦਿੰਨੇ ਵੀ ਫਲਾਣਾ ਬੰਦਾ ਸੀ ਜਾਂ ਉਹ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਜਾਂਦਾ ਸੀ ਉੱਥੇ ਬਹੁਤ ਸੇਵਾ ਕਰਦਾ ਸੀ ਹਨ ਵੀ ਦੁੱਖਣ ਸੁਖਣ ਵੇਲੇ ਉਹਦਾ ਆ ਕੁਛ ਦੁੱਖਣ ਲੱਗ ਗਿਆ ਉਹਨੂੰ ਪਤਾ ਨਹੀਂ ਕਿਹੜਾ ਕੋਈ ਡੰਡ ਲੱਗਿਆ ਕਿਵੇਂ ਲੱਗਿਆ ਤੇ ਥੋੜੇ ਗਾਲੀ ਗੱਲ ਵੀ ਗੁਰਦੁਆਰਾ ਸਾਹਿਬ ਜਾਣਦਾ ਵੀ ਸਾਡਾ ਫੇਰ ਹੀ ਫਾਇਦਾ ਫੇਰ ਹੀ ਸਾਨੂੰ ਮੱਥਾ ਟੇਕਣ ਦਾ ਫਾਇਦਾ ਹਨ ਵੀ ਜੇ ਸਾਡੇ ਅੰਦਰੋਂ ਮਨ ਸਾਫ਼ ਹੋਊਗਾ ਹਨ ਜਦੋਂ ਅਸੀਂ ਅੰਦਰ ਮੈਲ ਹੀ ਲਈ ਫਿਰਦੇ ਮਨ ਦੇ ਵਿੱਚ ਹੀ ਮੈਲ ਹੀ ਫਿਰਦੇ ਫਿਰ ਸਾਡਾ ਤੀਰਥਾਂ ਤੇ ਜਾਣ ਦਾ ਵੀ ਕੀ ਫਾਇਦਾ ਹਨ ਕਈਆਂ ਦੀ ਪਹਿਣੀ ਆਤਤੀ ਹੁੰਦੀ ਆ ਵੀ ਬੰਦੇ ਨੇ ਨਾ ਉਹ ਕਿਸੇ ਦੀ ਵੀ ਮਾੜੀ ਪਰ ਮੈਨੂੰ ਲੱਗਦਾ ਵੀ ਜੇ ਤੁਹਾਨੂੰ 50 ਬੰਦੇ ਮਾੜੇ ਵੀ ਕਹਿ ਰਹੇ ਆ ਹਨਾ ਤੇ 50 ਚੰਗਾ ਕਹਿ ਰਹੇ ਤੇ ਤੁਸੀਂ ਚੰਗੇ ਵਾਲੀ ਚੀਜ਼ ਆਪਦੇ ਅੰਦਰ ਰੱਖੋ ਵੀ ਹਾਂ ਉਹ ਬੰਦੇ ਤਾਂ ਮੈਨੂੰ ਚੰਗਾ ਕਹੀ ਜਾਂਦੇ ਆ ਚੰਗਾ ਸੋਚੋ ਹਾਂ ਤੇ ਕਈ ਵਾਰੀ ਆਏ ਹੁੰਦਾ ਪੈਣੇ ਵੀ ਆਪਾਂ ਨਾ ਕਿਸੇ ਜਗ੍ਹਾ ਦੇ ਉੱਤੇ ਕੋਈ ਆਪਣੇ ਨਾਲ ਇਦਾਂ ਦੀ ਘਟਨਾ ਵਾਪਰ ਜਾਂਦੀ ਆ ਤਾਂ ਫਿਰ ਆਪਾਂ ਦੂਰੀ ਹ ਜਦੋਂ ਜੀ ਸਟਾਰਟ ਕਰਨਾ ਆਦੇ ਨੇ ਤੂੰ ਆਪਣੇ ਮਨ ਦੇ ਅੰਦਰ ਪਹਿਲਾਂ ਗੱਲ ਉਹ ਵਜਦੀ ਆ ਕਿ ਵੀ ਉਸ ਟਾਈਮ ਤੇ ਮੇਰੇ ਨਾਲ ਐ ਹੋਈ ਸੀਗੀ ਹਣਾ ਵੀ ਜਿਹੜੀ ਆਪਣੇ ਅੰਦਰ ਘਟਨਾ ਹੋ ਜੇ ਨਾ ਉਹ ਆਪਣੇ ਦਿਮਾਗ ਚ ਘੁੰਮ ਜਾਂਦੀ ਆ ਅੱਛਾ ਜੀ ਤਾਂ ਆਪਾਂ ਨੂੰ ਮੈਨੂੰ ਲੱਗਦਾ ਵੀ ਉਹ ਨਾ ਸਾਰੀ ਜ਼ਿੰਦਗੀ ਨਾਲ ਨਹੀਂ ਲੈ ਕੇ ਚਲਣੀ ਚਾਹੀਦੀ ਹਣਾ ਜਿਵੇਂ ਹੁਣ ਤੁਸੀਂ ਦੇਖੋ ਕੋਈ ਆਪਣੇ ਫੰਕਸ਼ਨ ਆਇਆ ਹਣਾ ਕੋਈ ਤਿਹਾਰ ਇਦਾਂ ਦਾ ਆਇਆ ਖੁਸ਼ੀ ਦਾ ਮੌਕਾ ਆ ਤਾਂ ਉਸ ਟਾਈਮ ਤੇ ਕੋਈ ਆਪਣੇ ਪਹਿਲਾਂ ਕੋਈ ਘਟਨਾ ਵਾਪਰੀ ਹੋਵੇ ਤਾਂ ਆਪਾਂ ਕਈ ਵਾਰ ਇਹ ਸੋਂਦੇ ਵੀ ਆ ਪੜੇ ਵੀ ਉਹਨੂੰ ਇੰਨਾ ਟਾਈਮ ਹੋ ਗਿਆ ਉਸ ਟਾਈਮ ਤੇ ਉਹਨਾਂ ਦੀ ਐ ਘਟਨਾ ਵਾਪਰੀ ਸੀ ਤੇ ਇੰਨਾ ਟਾਈਮ ਹੋ ਗਿਆ ਉਹਨਾਂ ਨੇ ਖੁਸ਼ੀ ਦਾ ਮੌਕਾ ਹੀ ਨਹੀਂ ਦੇਖਿਆ ਹਣਾ ਹਨ ਵੀ ਇਹ ਟਾਈਮ ਟਾਈਮ ਦੀ ਗੱਲ ਹੁੰਦੀ ਹੈ ਅਰਚ ਹਨਾ ਵੀ ਕਿਤੇ ਟਾਈਮ ਆਪਣੇ ਤੇ ਕਹਿ ਜਾਂਦਾ ਕਿਤੇ ਸਮਾਂ ਕਹਿ ਜਾਂਦਾ ਹਨਾ ਵੀ ਜੇ ਇੱਕ ਸਮਾਂ ਹੀ ਆਪਾਂ ਲੈ ਕੇ ਤੁਰੇ ਜਾਵਾਂਗੇ ਤਾਂ ਫਿਰ ਅੱਗੇ ਵਾਧਦੇ ਵੀ ਨਹੀਂ ਜੀ ਤਾਂ ਮੈਨੂੰ ਲੱਗਦਾ ਵੀ ਜਿਹੜਾ ਪਲ ਤੁਹਾਨੂੰ ਖੁਸ਼ੀ ਦਾ ਮਿਲਿਆ ਹਨਾ ਜਿਹੜਾ ਪਲ ਤੁਹਾਨੂੰ ਲੱਗਦਾ ਵੀ ਇਸ ਬੰਦੇ ਨਾਲ ਅੱਜ ਮੈਂ ਇਸ ਟਾਈਮ ਤੇ ਖੁਸ਼ ਆ ਤੇ ਤੁਸੀਂ ਉਹ ਪਲ ਨੂੰ ਮੈਨੂੰ ਲੱਗਦਾ ਇੰਜੋਏ ਕਰਨਾ ਚਾਹੀਦਾ ਕਿਉਂਕਿ ਆਪਣੀ ਜ਼ਿੰਦਗੀ ਦਾ ਵੀ ਕੋਈ ਪਤਾ ਨਹੀਂ ਹਨਾ ਵੀ ਕਿੱਥੇ ਖਤਮ ਹੋ ਜਾਣੀ ਕੋਈ ਪਤਾ ਨਹੀਂ ਅਛਾ ਆਪਣਾ ਜੀ ਤਾਂ ਵੀ ਆਈ ਹੁੰਦਾ ਭੈਣੇ ਵੀ ਆਪਾਂ ਨੂੰ ਨਾ ਚੰਗੀਆਂ ਗੱਲਾਂ ਜਿਹੜੀਆਂ ਰਖਣੀਆਂ ਚਾਹੀਦੀਆਂ ਆਪਦੇ ਦਿਮਾਗ ਦੇ ਅੰਦਰ ਜਿਵੇਂ ਹੁਣ ਆਪਾਂ ਘਰਾਂ ਦੀ ਸਫਾਈ ਕਰਦੇ ਆ ਤਾਂ ਉਥੇ ਕਿਤੇ ਨਾ ਕਿਤੇ ਆਪਾਂ ਨੂੰ ਆਪਦੇ ਦਿਮਾਗ ਦੀ ਸਫਾਈ ਵੀ ਕਰਨੀ ਚਾਹੀਦੀ ਹੈ ਹੁਣ ਆਪਾਂ ਘਰਾਂ ਦੇ ਵਿੱਚ ਕੀ ਹੈ ਨਾ ਜਿਵੇਂ ਹੁਣ ਆਪਣੇ ਮੰਮੀ ਹੋਰਿਆਂ ਦਾ ਸਮਾਨ ਆ ਹੈਨਾ ਤਾਂ ਉਹ ਕੀ ਆ ਆਪਾਂ ਕਈ ਵਾਰੀ ਇਹ ਸੋਚ ਕੇ ਸਿਰ ਦੰਦੇ ਆ ਵੀ ਇਹ ਤਾਂ ਫालतੂ ਆ ਹੈਨਾ ਆਪਾਂ ਨੂੰ ਕੂੜਾ ਕਰਕੇ ਟੀ ਲੱਗਦਾ ਪਰ ਉਹ ਉਹਨਾਂ ਦੇ ਹਿਸਾਬ ਨਾਲ ਤਾਂ ਉਹ ਪਤਾ ਨਹੀਂ ਉਹਨਾਂ ਵਾਸਤੇ ਕੀ ਖਜ਼ਾਨਾ ਕਿਉਂਕਿ ਉਹਨਾਂ ਦੇ ਦਾਜ ਦਾ ਸਮਾਨ ਹੁੰਦਾ ਹੈਨਾ ਤੇ ਮੈਂ ਕੱਲ ਖੁਦ ਅਰਚ ਦਾਜ ਦੇ ਤੇ ਇੱਕ ਪਹਿਲਾਂ ਵਾਲੇ ਟਾਈਮ ਤੇ ਮੈਨੂੰ ਲੱਗਦਾ ਜਿਹੜਾ ਆਪਣੇ ਮਾਤਾਰੀਆਂ ਦਾ ਸਮਾਨ ਹੁੰਦਾ ਉਹਨਾਂ ਦਾ ਖੁਦ ਹ ਨਾ ਬਣਾਇਆ ਹੁੰਦਾ ਹੈ ਨਾ ਉਹ ਮਿਹਨਤ ਕਰਕੇ ਬਣਾਇਆ ਹੁੰਦਾ ਫਿਰ ਉਹਨਾਂ ਨੂੰ ਮੋਹ ਪਿਆਰ ਵੀ ਉਹਦਾ ਜ਼ਿਆਦਾ ਆਉਂਦਾ ਹੈ ਹਾਂ ਤੇ ਬਣੀ ਮੈਂ ਕੱਲ ਹੀ ਦੇਖਿਆ ਨਾ ਇੱਕ ਬੇਬੇ ਸੀਗੀ ਹੈ ਨਾ ਤੇ ਉਹਨਾਂ ਦਾ ਨਾ ਸੰਦੂਕ ਸੀਗਾ ਤੇ ਉਹ ਕਿਤੇ ਪਤਾ ਨਹੀਂ ਉਹਦੀ ਕਿੱਲੀ ਟੁੱਟੀ ਸੀ ਪਤਾ ਨਹੀਂ ਕੀ ਸੀਗਾ ਹੈ ਨਾ ਤੇ ਉਹਨਾਂ ਨੇ ਸਹੀ ਕਰਵਾਉਣਾ ਸੀਗਾ ਤੇ ਉਹ ਆਂਦੇ ਮੈਂ ਇਹ ਚੀਜ਼ ਸਹੀ ਕਰਾਉਣੀ ਹੈ ਪਰ ਸਹੀ ਕਰਾਉਣ ਦੇ ਟਾਈਮ ਮੈਂ ਨਾਲ ਹੋਣੀ ਜਾਈਂਦੀ ਹਾਂ ਨਾ ਵੀ ਕਿੰਨਾ ਮੋਹ ਪਿਆਰ ਹੁੰਦਾ ਉਹਨਾਂ ਚੀਜ਼ਾਂ ਨਾਲ ਤੇ ਹੋਈ ਮੈਨੂੰ ਲੱਗਦਾ ਵੀ ਆਪਾਂ ਕੀ ਮਾੜੀ ਗੱਲ ਐ ਨਾ ਕਿਸੇ ਦੀ ਉਹਨਾਂ ਚੀਜ਼ਾਂ ਨਾਲ ਇਦਾਂ ਮੋਹ ਪਿਆ ਰੱਖ ਲਿਆ ਵੀ ਉਹਨਾਂ ਨੂੰ ਸਾਹਮਣੇ ਸਾਹਮਣੇ ਕੇ ਦਿਮਾਗ 'ਚ ਫਿੱਟ ਕਰ ਲਿਆ ਹਨਾ ਉਹ ਗੱਲਾਂ ਨੂੰ ਪਰ ਮੈਨੂੰ ਲੱਗਦਾ ਵੀ ਇੱਕ ਟਾਈਮ ਤੇ ਹੁਣ ਤੁਸੀਂ ਦੇਖੋ ਜੇ ਆਪਾਂ ਜਿੰਨੀਆਂ ਵੀ ਚੀਜ਼ਾਂ ਸਾਹਮਣੇ ਰੱਖੀ ਆਵਾਂਗੇ ਟਾਈਮ ਟੂ ਟਾਈਮ ਹਰ ਇੱਕ ਚੀਜ਼ ਨਵੀਂ ਆਉਂਦੀ ਆ ਨਾ ਨਵੀਆਂ ਨੀ ਆਉਂਦੀਆਂ ਟਾਈਮ ਨਾਲ ਬਦਲ ਜਾਂਦੀ ਚੀਜ਼ ਜੀ ਹੁਣ ਆਪਣੇ ਘਰਾਂ ਦੇ ਵਿੱਚ ਪਹਿਲਾਂ ਆਪਣੀ ਦਾਦੀ ਹੋਰਿਆਂ ਦਾ ਸਮਾਨ ਫਿਰ ਆਪਣੀ ਮੰਮੀ ਹੋਰਿਆਂ ਦਾ ਸਮਾਨ ਫਿਰ ਗਾਹ ਉਹਨਾਂ ਦੀ ਵੋਟੀ ਦਾ ਸਮਾਨ ਹੈ ਨਾ ਤੁਸੀਂ ਦੇਖੋ ਕਿੰਨਾ ਸਮਾਨ ਆਪਾਂ ਪਹਿਲਾਂ ਤਾਂ ਉਹਦੇ ਦਾਜ ਨਾਲ ਇਕੱਠਾ ਕਰੀ ਜਿੰਨੇ ਆ ਫਿਰ ਜਿਹੜੀ ਨਵੀਂ ਚੀਜ਼ ਕੋਈ ਆਉਂਦੀ ਹੈ ਫਿਰ ਆਪਾਂ ਹੁੰਦਾ ਵੀ ਉਹ ਟਰਾਈ ਕਰੀਏ ਹੈ ਨਾ ਤੇ ਫਿਰ ਆਪਾਂ ਉਹ ਵੀ ਲੈ ਕੇ ਆਉਣੇ ਤਾਂ ਕਿੰਨਾ ਕੁ ਸਮਾਨ ਆਪਾਂ ਘਰੇ ਰੱਖ ਸਕਦੇ ਆ ਹਨ ਤਾਂ ਵੀ ਕੁਝ ਨਾ ਕੁ ਪਿੰਦਾ ਹਨਾ ਤਾਂ ਉਹ ਵੀ ਮੈਨੂੰ ਲੱਗਦਾ ਵੀ ਆਪਾਂ ਨੂੰ ਜਿਹੜੀਆਂ ਮਾੜੀਆਂ ਚੀਜ਼ਾਂ ਉਹ ਛੱਡ ਦੇਣੀਆਂ ਚਾਹੀਦੀਆਂ ਤੇ ਚੰਗੀਆਂ ਚੀਜ਼ਾਂ ਨੂੰ ਜ਼ਰੂਰ ਆਪਾਂ ਨਾਲ ਲੈ ਕੇ ਜਾ ਸਕਦੇ ਹਾਂ ਬਿਲਕੁਲ ਅਰਚੀ ਵੀ ਜਿਵੇਂ ਹੁਣ ਤਾਂ ਅੱਜ ਕੱਲ ਤਾਂ ਵੇਖੋ ਜਿਵੇਂ ਫੋਨ ਹੁੰਦੇ ਹਨ ਨਾ ਵੀ ਜਦੋਂ ਕੁੜੀ ਵਿਆਹੀ ਜਾਂਦੇ ਆ ਉਹਦੇ ਪੇਕੇ ਹੀ ਫੋਨ ਕਰ ਲੈਂਦੀ ਆ ਆਪਦੇ ਵਿੱਚ ਵੀ ਭੈਣ ਭਰਾ ਫੋਨ ਕਰ ਲੈਂਦੇ ਤੇ ਦੁੱਖ ਸੁੱਖ ਹੋ ਜਾਂਦਾ ਹੈ ਨਾ ਵੀ ਐ ਹੁੰਦਾ ਨਹੀਂ ਤੇ ਪਹਿਲਾਂ ਵਾਲੇ ਟਾਈਮ ਤੇ ਜਿਵੇਂ ਆਪਣੇ ਦਾਦੀ ਜੀ ਅਰਗੇ ਦੱਸਦੇ ਹੁੰਦੇ ਜਦੋਂ ਉਹਨਾਂ ਟਾਈਮਾਂ 'ਚ ਫੋਨ ਵੀ ਨਹੀਂ ਸੀ ਨੇ ਹੁੰਦੇ ਹਨ ਵੀ ਉਦੋਂ ਤੇ ਚਿੱਠੀ ਪੱਤਰ ਹੀ ਲਿਖ ਕੇ ਪਾਉਂਦੇ ਹੁੰਦੇ ਸੀ ਤੇ ਉਹਦੇ 'ਚ ਵੀ ਆਪਾਂ ਨੂੰ ਵੀ ਪਤਾ ਵੀ ਇੰਨਾ ਦੁੱਖ ਸੁੱਖ ਨਹੀਂ ਸੀ ਲਿਖਿਆ ਜਾਂਦਾ ਜਿੰਨਾ ਹੁਣ ਫੋਨ ਤੇ ਆਮ ਵਿੱਚ ਹੋ ਜਾਂਦਾ ਹੈ ਨਾ ਤੇ ਉਦੋਂ ਜਦੋਂ ਦਾਦੀ ਜੀ ਅਰਗੇ ਦੱਸਦੇ ਹੁੰਦੇ ਸੀ ਜਾਂ ਆਪਦੇ ਪੇਕੇ ਜਾ ਆ ਉਹ ਦਹਾਣਾ ਤੇ ਉਦੋਂ ਉਹਨਾਂ ਨੇ ਗੱਲਾਂ ਬਾਤਾਂ ਕਰਨੀਆਂ ਤੇ ਸਾਰੀ ਸਾਰੀ ਕਹਿ ਦਿੰਦੇ ਰਾਤ ਲੰਘ ਜਾਂਦੀ ਸੀ ਤੇ ਮੁੜ ਕੇ ਉਹਨਾਂ ਨੇ ਕਹਿ ਦੇਣਾ ਸੀ ਹੁਣ ਸਾਡਾ ਹੌਲਾ ਹੋ ਗਿਆ ਹਨਾ ਵੀ ਅਸੀਂ ਆਪ ਦੀ ਸਾਰੀ ਅੰਦਰਲੀ ਪੜਾਸ ਕੱਢ ਲਈ ਤੇ ਜਿਵੇਂ ਕਹਿੰਦੇ ਆ ਆਪਾਂ ਦਿਮਾਗ ਦੀ ਸਫਾਈ ਹੋ ਜਾਂਦੀ ਸੀ ਉਹਨਾਂ ਦੇ ਇੱਕ ਹਿਸਾਬ ਦੀ ਹਨਾ ਵੀ ਉਹਨਾਂ ਨੂੰ ਆਈ ਹੁੰਦਾ ਸੀ ਵੀ ਜਿਹੜੇ ਉਹ ਅੰਦਰਲੇ ਗੱਲਾਂ ਹੁੰਦੀਆਂ ਸੀ ਸਾਰੇ ਇੱਕ ਦੂਜੇ ਨਾਲ ਸਾਂਝੀਆਂ ਕਰ ਲੈਂਦੇ ਸੀ ਤੇ ਮਨ ਹੌਲਾ ਹੋ ਜਾਂਦਾ ਸੀ ਤੇ ਪਿੰਡਾਂ ਦੇ ਵਿੱਚ ਪਹਿਣੀ ਹੁੰਦਾ ਹੀ ਆਏ ਆ ਆਪਾਂ ਕਿਸੇ ਦੇ ਘਰੇ ਜਾਵੜਦੇ ਆਪਾਂ ਕਹਿੰਨੇ ਆ ਉਹ ਬੇਬੇ ਨੂੰ ਮਿਲਿਆ ਨੂੰ ਬਹੁਤ ਟਾਈਮ ਹੋ ਗਿਆ ਹੁਣ ਉਹਦੇ ਕੋਲ ਚੱਲੀ ਆ ਆਪਾਂ ਢੋਲਾ ਕਰਕੇ ਆਈਏ ਹੈਨਾ ਹੁਣ ਵੇਖੋ ਆਪਣੀ ਦਾਦੀ ਜੇਰਗੇ ਹੁੰਦੇ ਸੀ ਉਹਨਾਂ ਨੇ ਨਹੀਂ ਕੰਮ ਕਰਨਾ ਉਹਨਾਂ ਨੂੰ ਬਹਿ ਜਾਣਾ ਉਹਨਾਂ ਕੋਲ ਹੋਰ ਨਾਲ ਦੀਆਂ ਬੁੜੀਆਂ ਵੀ ਆ ਜਾਂਦੀਆਂ ਹੈਨਾ ਤੇ ਥੋੜੇ ਵਾਲੇ ਟਾਈਮ ਕਿੰਨਾ ਕਿੰਨਾ ਟਾਈਮ ਗੱਲਾਂ ਕਰਦੇ ਹਾਂ ਤਾਂ ਬਣੀ ਆਈ ਆ ਵੀ ਆਪਾਂ ਕਿਸੇ ਨਾਲ ਗੱਲ ਕਿਉਂ ਕਰਦੇ ਆ ਹੈਨਾ ਵੀ ਆਪਣਾ ਮਨ ਹੌਲਾ ਹੋ ਜੇ ਪਰ ਕਈ ਵਾਰੀ ਆਉਂਦਾ ਨਾ ਕਿ ਇੱਕ ਬੰਦੇ ਦੇ ਅੰਦਰ ਫੁੱਲ 네ਗੈਟਿਵਿਟੀ ਪਰਿਆ ਹੈਨਾ ਉਹਨੇ ਮਾੜਾ ਹੀ ਸੋਚਣਾ ਕਿਸੇ ਦਾ ਵੀ ਸੋਚੇ ਚਾਹੇ ਉਹ ਆਪਦਾ ਖੁਦ ਦਾ ਹੀ ਕਿਉਂ ਨਾ ਜੇ ਤੋ ਬੰਦਾ ਜੇ ਕਿਸੇ ਨੂੰ ਕਹੂਗਾ ਨਾ ਕੋਈ ਵੀ ਗੱਲ ਤਾਂ ਉਹ ਮਾੜੀ ਚੀਜ਼ ਹੀ ਦੱਸੂਗਾ ਵੀ ਜਹਾ ਹੀ ਮੇਰੇ ਨਾਲ ਇਸ ਟਾਈਮ ਤੇ ਆਇਨਾ ਵਾਪਰ ਜੇ ਜਾਂ ਇਸ ਟਾਈਮ ਤੇ ਮੇਰੇ ਨਾਲ ਆਈ ਘਟਨਾ ਵਾਪਰ ਗਈ ਸੀ ਹਨਾ ਤਾਂ ਫਿਰ ਉਹ ਆਪਾਂ ਨੂੰ ਵੀ ਸੁਣਨੀ ਆਖੀ ਜੀ ਹੋ ਜਾਂਦੀ ਵੀ ਲੈ ਇਹ ਨਹੀਂ ਤਾਂ ਹੁਣ ਰੋਣਾ ਧੋਣਾ ਹੀ ਆਪਣੇ ਕੋਲ ਆ ਗਿਆ ਨਾ ਵੀ ਨਹੀਂ ਕੋਈ ਚੰਗੀ ਗੱਲ ਤਾਂ ਸੁਣਾਉਣੀ ਨਹੀਂ ਵੇਖੋ ਅਰਸ਼ਾ ਆਪਾਂ ਆਪਣੇ ਭੈਣ ਭਰਾ ਨੂੰ ਵੀ ਭਾਵੇਂ ਫੋਨ ਕਰਗੇ ਹੈਨਾ ਜੇ ਤਾਂ ਅਸੀਂ ਦੇ ਗੱਲਾਂ ਕਰਾਂਗੇ ਖੁਸ਼ ਹੋ ਕੇ ਕਰਾਂਗੇ ਤੇ ਅੱਗੋਂ ਆਪਣੇ ਅਗਲਾ ਗੱਲ ਸੁਣ ਵੀ ਲੈਂਦਾ ਹਾਂ ਜਵਾਬ ਵੀ ਦੇ ਦਿੰਦਾ ਤੇ ਜੀ ਕੋਣੀ ਚੱਕਣ ਹਟੇ ਆਰਜਨ ਦੇ ਵੀ ਇਹ ਤਾਂ ਫੋਨ ਤੇ ਵੀ ਰੋਈ ਧੋਈ ਜਾਣਾ ਹੁਣ ਜੀ ਵੀ ਚਲੋ ਕੋਈ ਗੱਲ ਹੁੰਦੀ ਹੈ ਭੈਣੇ ਹੈਨਾ ਵੀ ਜਿਹੜੀ ਆਪਾਂ ਸੁਣ ਸਕਦੇ ਆ ਨਾ ਇੱਕ ਦੋ ਗੱਲ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਪਰ ਹਰ ਵਾਰੀ ਜੇ ਆਪਾਂ ਮਾੜੀ ਚੀਜ਼ ਸੋਚਾਂਗੇ ਤਾਂ ਸਾਹਮਣੇ ਵਾਲਾ ਬੰਦਾ ਵੀ 네ਗੇਟਿਵਿ ਉਹਦਾ ਉਦਾਂ ਦਾ ਬਣ ਜਾਂਦਾਗਾ ਹੁਣ ਆਪਾਂ ਜਿਹੜੇ ਬੱਚੇ ਹੈਗੇ ਸਕੂਲ ਚ 8-8 ਲੈਕਚਰ ਵੀ ਲੱਗਦੇ ਆ ਹਨਾ ਤਾਂ ਉਹ ਸਾਰਾ ਦਿਨ ਪੜ੍ਹਦੇ ਆ ਤਾਂ ਪੜ੍ਹਾਈ ਦੇ ਵਿੱਚ ਇੱਕ ਲੈਕਚਰ ਉਹਨਾਂ ਨੂੰ ਖੇਡਣ ਦਾ ਜ਼ਰੂਰ ਮਿਲਦਾ ਕਿੰਨਾਂ ਹੁੰਦਾ ਵੀ ਬੱਚੇ ਦਾ ਮਨ ਹੈ ਜਿਹੜਾ ਉਹ ਸ਼ਾਂਤ ਹੋ ਜੇ ਬੱਚਾ ਖੇਡ ਲੇ ਕੁੱਦ ਲੇ ਹਨਾ ਤਾਂ ਉਹਦਾ ਸਟ्रेस ਕਮ ਹੋ ਜਾਂਦਾ ਹਨਾ ਘਟ ਜਾਂਦਾ ਜੀ ਤਾਂ ਉਦਾਂ ਹੀ ਹੁੰਦਾ ਵੀ ਆਪਾਂ ਦਿਮਾਗ ਦੀ ਆਪਾਂ ਨੂੰ ਸਫਾਈ ਕਰਨੀ ਕਰਨੀ ਚਾਹੀਦੀ ਹੈ ਹੁਣ ਇੱਕ ਇਨਸਾਨ ਆ ਅਪਾ ਦਿਨ ਦੀ ਸ਼ੁਰੂਆਤ ਕਰਦੇ ਆ ਸਵੇਰ ਉੱਠਦੇ ਆ ਹਨਾ ਤਾਂ ਉਦੋਂ ਆਪਾਂ ਦਿਨ ਦੀ ਸ਼ੁਰੂਆਤ ਕਰਦੇ ਆ ਵੀ ਪ੍ਰਮਾਤਮਾ ਦਾ ਨਾਮ ਲੈ ਲਓ ਮਨ ਸ਼ਾਂਤ ਹੋ ਜਾਊਗਾ ਸੈਰ ਕਰ ਲਓ ਫਰੈਸ਼ ਹੋ ਜਾਊਗਾ ਬੰਦਾ ਹਨਾ ਤੇ ਜੇ ਹੁਣ ਕੋਈ ਕੱਲ ਆਪਣੇ ਨਾਲ ਕਿਸੇ ਨਾਲ ਲੜਾਈ ਹੋਈ ਹੈ ਤੇ ਆਪਾਂ ਕਿਤੇ ਸਕੂਲ ਚੱਲੇ ਆ ਹਨਾ ਉਹ ਬੱਚੇ ਨਾਲ ਆਪਣੀ ਲੜਾਈ ਹੋਈ ਹੈ ਉਹਨੂੰ ਦੇਖ ਕੇ ਜੇ ਆਪਣੀ ਉਹੀ ਗੱਲ ਫੇਰ ਦਿਮਾਗ ਚ ਆਈ ਜਾਂਦੀ ਆ ਤੇ ਇਹਦਾ ਮਤਲਬ ਦਿਨ ਆਪਣਾ ਖਰਾਬ ਆ ਫਿਰ ਉਹ ਸਾਰਾ ਗੁੱਸਾ ਕੱਲ ਵਾਲਾ ਦੂਜੇ ਦਿਨ ਵੀ ਉਵੇਂ ਆ ਜਾਂਦਾ ਜੀ ਤਾਂ ਵੀ ਮੈਨੂੰ ਲੱਗਦਾ ਵੀ ਉਹ ਚੀਜ਼ ਆਪਾਂ ਨੂੰ ਛੱਡ ਦੇਣੀ ਚਾਹੀਦੀ ਜੇ ਆਪਾਂ ਉਹ ਬੰਦੇ ਨਾਲ ਅੱਜ ਮਿਲੇ ਨਾ ਕੱਲ ਦੀ ਹਣਾ ਜੇ ਆਪਾਂ ਉਹ ਬੰਦੇ ਨਾਲ ਅੱਜ ਮਿਲੇ ਤਾਂ ਅੱਜ ਉਹਨੂੰ ਇਸ ਤਰੀਕੇ ਨਾਲ ਮਿਲੇ ਵੀ ਕੱਲ੍ਹ ਤਾਂ ਕੁਝ ਹੋਇਆ ਹੀ ਨਹੀਂ ਹੈਨਾ ਤਾਂ ਇਦਾਂ ਮਿਲਣਾ ਦਾ ਵੀ ਆਪਾਂ ਨੂੰ ਜਿਹੜਾ ਰਹਿਣਾ ਸੈਣਾ ਚਾਹੀਦਾ ਇਕੋ ਪ੍ਰਸਿੱਧ ਹੋਣ ਤੋਂ ਤੁਹਾਨੂੰ ਕੋਈ ਰੋਕਦਾ ਨਹੀਂ ਅਰਚ ਹੈ ਨਾ ਵੀ ਕੋਈ ਆਣੀ ਸੋਚਦਾ ਵੀ ਉੱਚੇ ਉੱਦੇ ਤੇ ਜਾਣਾ ਚਾਹੀਦਾ ਵੀ ਇਹ ਤੇ ਕੋਈ ਰੋਕ ਵੀ ਨਹੀਂ ਸਕਦਾ ਤੇ ਮੈਨੂੰ ਲੱਗਦਾ ਜਿਵੇਂ ਔਰਤਾਂ ਪੈਣਾ ਖਾਸ ਕਰਕੇ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਰਸੋਈ ਤੇ ਬਿਨਾ ਤਾਂ ਨਹੀਂ ਸਰ ਸਕਦਾ ਹੈ ਨਾ ਹੋਰ ਭਾਵੇਂ ਕਿਸੇ ਕੰਮ ਬਿਨਾ ਇਹਨਾਂ ਨੂੰ ਸਰ ਜੇ ਰਸੋਈ ਚ ਤਾਂ ਜਾਣਾ ਹੀ ਪੈਂਦਾ ਵੀ ਜਿਵੇਂ ਆਪਾਂ ਸਵੇਰ ਉੱਠਦੇ ਆ ਉਠਣਸਾਰ ਆਪਾਂ ਪਹਿਲਾਂ ਰਸੋਈ 'ਚ ਹੀ ਜਾਂਦੇ ਆ ਰਸੋਈ 'ਚ ਹੀ ਕੰਮ ਕਰਦੇ ਆ ਹੈ ਨਾ ਤੇ ਜਦੋਂ ਆਪਾਂ ਰਾਤ ਨੂੰ ਪੈਣਾ ਹੁੰਦਾ ਜਿਵੇਂ ਕੰਮ ਖੀਰ ਤੇ ਨਿਮੇੜਦੇ ਤੇ ਮੈਨੂੰ ਲੱਗਦਾ ਉਦੋਂ ਵੀ ਆਪਣਾ ਰਸੋਈ 'ਚੋਂ ਹੀ ਨਿਬ ਤੇ ਮੈਨੂੰ ਲੱਗਦਾ ਆਪਾਂ ਆਪ ਦਾ ਫੁਲਕਾ ਤਾਂ ਬਣਾਉਣਾ ਹੀ ਪੈਂਦਾ ਹਨਾ ਤੇ ਉਹਨਾਂ ਕ ਤਾਂ ਆਪ ਨੂੰ ਪਕਾਉਣਾ ਵੀ ਪੈਂਦਾ ਤੇ ਖਾਣਾ ਵੀ ਪੈਂਦਾ ਹਨਾ ਤੇ ਔਰਤ ਨੂੰ ਰਸੋਈ ਵੀ ਨਾ ਤਾਂ ਨਹੀਂ ਸਰਦਾ ਹੂੰ ਜਿਵੇਂ ਪਹਿਣੀ ਹੁਣ ਇੱਕ ਔਰਤਾ ਇੱਕ ਰਸੋਈ ਤੇ ਸ਼ੁਰੂਆਤ ਕਰਦੀ ਜਿਵੇਂ ਤੁਸੀਂ ਕਿਹਾ ਹਨਾ ਤੇ ਜਦੋਂ ਖਾਣਾ ਬਣਾਉਗੀ ਨਾ ਜੇ ਉਹਦੇ ਮਨ ਦੇ ਅੰਦਰ ਉਹੀ ਗੱਲਾਂ ਚੱਲੀ ਆਣੀਆਂ ਮਾੜੀਆਂ ਚੀਜ਼ਾਂ ਚੱਲ ਜਾਣੀਆਂ ਤਾਂ ਇੱਕ ਹੁੰਦੀ ਨਾ ਆਪਾਂ ਕਹਿੰਦੇ ਇਹ ਭਾਵਨਾਵਾਂ ਹੁੰਦੀਆਂ ਤੇ ਉਹ ਚੀਜ਼ ਚ ਮਿਕਸ ਹੋਣ ਲੱਗ ਜਾਂਦੀਆਂ ਹਨਾ ਤਾਂ ਆਪਣੀ ਤਾਂ ਹੀ ਇਸੇ ਕਰਕੇ ਕਹਿੰਦੇ ਹੁੰਦੇ ਨੇ ਨਾ ਜਦੋਂ ਰਸੋਈ ਤੇ ਸ਼ੁਰੂਆਤ ਕਰੇ ਤਾਂ ਬੰਦਾ ਜਾਂਦਾ ਪਾਠ ਕਰੇ ਤੇ ਜਾਂ ਕੋਈ ਗੁਰਬਾਣੀ ਲਾਵੇ ਵੀ ਬੱਚਿਆਂ ਦੇ ਵਿੱਚ ਵੀ ਉਹ ਚੀਜ਼ਾਂ ਜਾਣ ਹਨਾ ਤੇ ਵੇਖੋ ਹਰ ਚੀ ਜਿਵੇਂ ਹੁਣ ਆਪਾਂ ਵੀ ਘਰੇ ਆਪਾਂ ਨੂੰ ਉਹੀ ਫੁਲਕਾ ਖਾਣੇ ਆਪਾਂ ਨੂੰ ਸੁਆਦ ਨਹੀਂ ਨਾ ਲੱਗਦਾ ਹਨਾ ਤੇ ਜੇ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਖਾਣੇ ਤਾਂ ਨਾਲੇ ਉਹ ਤਾਂ ਗਰਮ ਨਹੀਂ ਪਕਾ ਕੇ ਦਿੱਤਾ ਹੁੰਦਾ ਉਹ ਠੰਡਾ ਹੁੰਦਾ ਕਿਉਂ ਉੱਥੇ ਵਿੱਚ ਬਾਣੀ ਹੁੰਦੀ ਹੈ ਪੜੀ ਹਾਂ ਤਾਂ ਵੀ ਇਦਾਂ ਹੀ ਆ ਵੀ ਆਪਾਂ ਨੂੰ ਚੰਗੀਆਂ ਚੀਜ਼ਾਂ ਜੇ ਆਪਾਂ ਸੋਚਦੇ ਰਵਾਂਗੇ ਤਾਂ ਆਪਾਂ ਬਾਕੀਆਂ ਨੂੰ ਵੀ ਚੰਗਾ ਮਾਹੌਲ ਦੇ ਸਕਾਂਗੇ ਹਨਾ ਜਿਵੇਂ ਤੁਸੀਂ ਕਹਿੰਦੇ ਪ੍ਰਸਿੱਧੀ ਹੈ ਜਿਹੜੀ ਇੱਕ ਔਰਤ ਬਣਨ ਤੋਂ ਨਹੀਂ ਆਪਾਂ ਨੂੰ ਰੋਕ ਸਕਦੀ ਹੈਗੀ ਹੁਣ ਕਈ ਬੰਦੇ ਕੀ ਹੁੰਦੇ ਆ ਥੋੜਾ ਜਿਹਾ ਫੇਮਸ ਹੋ ਜੇ ਹਨਾ ਥੋੜੀ ਜੀ ਚੀਜ਼ ਉਹਨਾਂ ਦੀ ਚੱਲ ਜੇ ਤਾਂ ਉਹ ਕੀ ਆ ਉਹ ਆਪਦੇ ਆਪ ਨੂੰ ਉਹਦੇ ਹਾਲ-ਪਾ ਵੀ ਬਦਲ ਜਾਂਦੇ ਆ ਬਦਲ ਦਿੰਦੇ ਆ ਹਨਾ ਤਾਂ ਉੱਥੇ ਕੀ ਹੁੰਦਾ ਨਾ ਵੀ ਇੱਕ ਔਰਤ ਜੇ ਕਿਤੇ ਮਾੜਾ ਮੋਟਾ ਵੀ ਉਹਦਾ ਨਾਮ ਹੋ ਜੇ ਹਨਾ ਤਾਂ ਉੱਥੇ ਆਪਾਂ ਨਾ ਅਗੀਆਂ ਸਾਰੀਆਂ ਚੀਜ਼ਾਂ ਬਦਲ ਕੇ ਤੇ ਆਪਾਂ ਹੁੰਦਾ ਵੀ ਆਪਾਂ ਹੁਣ ਘਰ ਦਾ ਕੰਮ ਨਹੀਂ ਕਰਨਾ ਕੋਈ ਮੈਨੂੰ ਇਹ ਦੇਖ ਕੇ ਕੋਈ ਆਏ ਨਾ ਕਹੇ ਵੀ ਇਹ ਤਾਂ ਐਡਾ ਨਾਮ ਹੈ ਦਾ ਤਾਂ ਹਨਾ ਤੇ ਘਰੇ ਪੋਚੇ ਲਾਈ ਹੁੰਦੀ ਹੈ ਹਨਾ ਆਪਾਂ ਬਦਲ ਦਿੰਨੇ ਆ ਪਰ ਘਰ ਦਾ ਕੰਮ ਤਾਂ ਆਪਣਾ ਆਪ ਦਾ ਹੁੰਦਾ ਕਿਸੇ ਦਾ ਤਾਂ ਨਹੀਂ ਹੁੰਦਾ ਹਨਾ ਆਪਾਂ ਬਹੁਤ ਸਾਰੇ ਇਦਾਂ ਦੇ ਕਲਾਕਾਰ ਵੀ ਦੇਖਿਆ ਇਦਾਂ ਦੇ ਐਕਟਰ ਵੀ ਦੇਖਿਆ ਤੋ ਇਦਾਂ ਦੇ ਅਦਾਕਾਰ ਹੁੰਦੇ ਜਿਹੜੇ ਕਿ ਖੁਦ ਆਪਣਾ ਕੰਮ ਆਪ ਕਰਦੇ ਆ ਹਨਾ ਤੇ ਉਹ ਚੰਗੀ ਚੀਜ਼ ਐ ਮੈਨੂੰ ਲੱਗਦਾ ਜਿੰਨੀ ਆਪਾਂ ਆਪਦੇ ਆਪ ਕੰਮ ਕਰਾਂਗੇ ਨਾ ਤੋ ਪੂਰੀ ਸਫਾਈ ਨਾਲ ਕਰਦੇ ਆਂ ਪੂਰੇ ਮਨ ਲਾ ਕੇ ਕਰਦੇ ਆਂ ਤੋ ਉਹ ਚੀਜ਼ ਆਪਣੀ ਸਿਹਤ ਵਾਸਤੇ ਵੀ ਚੰਗੀ ਐ ਨਾਲੇ ਆਪਣੇ ਮਨ ਨੂੰ ਤਸੱਲੀ ਹੁੰਦੀ ਅਰਚ ਜੇ ਆਪ ਦੀ ਆਪ ਕੰਮ ਕਰਗੇ ਹਨਾ ਤੇ ਕਿਸੇ ਤੇ ਕਰਵਾ ਤਾਂ ਲੈਨੇ ਤੋ ਉਹਨਾਂ ਭਰੋਸਾ ਨਹੀਂ ਹੁੰਦਾ ਆਪਾਂ ਨੂੰ ਹਨਾ ਤੇ ਤੁਹਾਡੇ ਵਾਲੀ ਗੱਲ ਵੀ ਕਈ ਤਾਂ ਥੋੜਾ ਜਿਹਾ ਹਿੱਟ ਹੋਣ ਕੇ ਬਦਲ ਜਾਂਦੇ ਤੇ ਕਈ ਕਈ ਨਹੀਂ ਬਦਲਦੇ ਅਰਚ ਜਿਵੇਂ ਹੁਣ ਸਿੱਧੂ ਮੂਸੇ ਵਾਲੇ ਸੀਗੇ ਹਨਾ ਤੇ ਉਹ ਵੇਖੋ ਵੀ ਅੱਜ ਕੱਲ ਕਿਸੇ ਦੀ ਇੱਕ ਕੈਸਟ ਅਗਲਾ ਕਹਿੰਦਾ ਹੁਣ ਮੈਂ ਪਿੰਡ ਚ ਨਹੀਂ ਰਹਿਣਾ ਮੈਂ ਸ਼ਹਿਰ ਜਾ ਕੇ ਰਹਿਣਾ ਹਨਾ ਚੰਡੀਗੜ੍ਹ ਨੂੰ ਜਾਂਦਾ ਕੋਈ ਜਾਂ ਵੱਡੇ ਸ਼ਹਿਰ ਚ ਜਾਂਦਾ ਕਿਤੇ ਹੋਰ ਵੀ ਜਾਂਦਾ ਜਿੱਥੇ ਉਹਨੂੰ ਲੱਗਦਾ ਲੋਟ ਹਨਾ ਤੇ ਇਹ ਵੇਖੋ ਬਾਹਰਲੇ ਦੇਸ਼ ਤੇ ਸੀ ਉਧਰੋਂ ਚੱਲ ਕੇ ਪਿੰਡ ਚ ਆਇਆ ਹਨਾ ਤੇ ਫਿਰ ਇਹਨੇ ਪਿੰਡ ਦਾ ਇੱਧਰ ਪੰਜਾਬ ਚ ਆ ਕੇ ਵੀ ਆਏ ਨਹੀਂ ਕੋਈ ਸ਼ਹਿਰ ਚ ਕੋਠੀ ਪਾਈ ਹਨਾ ਤੇ ਆਪਦਾ ਖੇਤ ਸੀ ਤੇ ਖੇਤ ਦੇ ਵਿੱਚ ਈ ਢੀ ਵੱਡੀ ਹਵੇਲੀ ਵੀ ਪਾਈ ਉਹਨੂੰ ਹਨਾ ਤੇ ਉਹਨੂੰ ਐਡਾ ਕੋਈ ਮੈਫ ਹੈ ਨਹੀਂ ਸੀ ਜੇ ਕਲਾਕਾਰ ਵਿੱਚ ਜਾਂਦਾ ਹੁੰਦਾ ਸੀ ਗੌਣ ਖਾੜਾ ਲਾਉਣ ਜਾਂਦਾ ਸੀ ਤਾਂ ਉਦੋਂ ਉਮੀਦਾਂ ਹੋ ਜਾਂਦਾ ਸੀ ਹਨਾ ਤੇ ਜਦੋਂ ਆਪਦੇ ਬਾਪ ਨਾਲ ਜਾਂਦਾ ਸੀ ਖੇਤ ਚ ਵੀ ਕਹਿੰਦੇ ਹੱਥ ਬਟਾਉਂ ਟਰੈਕਟਰ ਚਲਾਉਣ ਦਾ ਵੇਖੋ ਕਿੰਨਾ ਚੌਂਕ ਸੀ ਨਹੀਂ ਅੱਜ ਕੱਲ ਅਗਲਾ ਕਹਿੰਦੇ ਦਾ ਅਸੀਂ ਤਾਂ ਵੱਡੀਆਂ ਕਾਰਾਂ ਤੇ ਘੁੰਮਣਾ ਸੀ ਟਰੈਕਟਰ ਚਲਾਉਣਾ ਨਹੀਂ ਹੈਨਾ ਤੇ ਜੇ ਉੱਥੇ ਖੇਤ ਜਾਂਦਾ ਸੀ ਤੇ ਆਪਦੇ ਨਾਲ 11 ਦੋਸਤਾਂ ਦੇ ਨਾਲ ਜਾਂਦਾ ਸੀ ਤੇ ਉੱਥੇ ਵੀ ਕੋਈ ਸਿੰਪਲ ਸੀ ਆਈ ਵੇਖੋ ਆਪਾਂ ਕਈ ਵਾਰ ਵੇਖਿਆ ਹੱਥਾਂ ਤੇ ਧਰ ਕੇ ਰੋਟੀ ਖਾਈ ਜਾਂਦਾ ਹੈਨਾ ਉਹਨੂੰ ਕੋਈ ਆਈ ਨਹੀਂ ਹੈਗਾ ਵੀ ਮੈਂ ਹੁਣ ਵੀ ਵੱਡਾ ਕਲਾਕਾਰ ਮੈਂ ਇਹਨਾਂ ਦੇ ਵਿੱਚ ਨਹੀਂ ਬੈਠਣਾ ਜਾਂ ਮੈਂ ਰੋਟੀ ਖਾਣੀ ਨਹੀਂ ਨੀਗੀ ਹੈਨਾ ਤੇ ਉਹਦੇ ਚ ਇੰਡੀ ਆਕੜ ਮੈਨੂੰ ਲੱਗਦਾ ਹੈ ਨਹੀਂ ਸੀ ਕਿੱਥੋਂ ਤੱਕ ਉਹ ਪਹੁੰਚ ਗਈ ਸੀ ਕਿੰਨੀ ਦੁਨੀਆ ਉਹਨੂੰ ਪਿਆਰ ਵੀ ਕਰਦੀ ਸੀ ਹੈਨਾ ਤੇ ਉਹਨੂੰ ਆਪਦੇ ਆਪ ਨੂੰ ਇੰਨਾ ਵੀ ਇੱਕ ਔਰਤ ਜੇ ਆਪਾਂ ਦੇਖ ਲਈਏ ਤਾਂ ਸਾਰਾ ਦਿਨ ਉਹਦੇ ਮਨ ਦੇ ਵਿੱਚ ਇਹ ਹੁੰਦਾ ਵੀ ਮੈਂ ਦੂਜਿਆਂ ਨੂੰ ਖੁਸ਼ ਕਰਨਾ ਹੈ ਨਾ ਕਿਉਂਕਿ ਉਹ ਸੁਬਹ ਸਾਰਾ ਕੰਮ ਆਪ ਕਰਦੀ ਆ ਫਿਰ ਉਹਨੇ ਪਰਿਵਾਰ ਨੂੰ ਸਾਰੇ ਨੂੰ ਸੰਭਣਾ ਹੁੰਦਾ ਫਿਰ ਉਹਨੇ ਆਪ ਦੇ ਮਤਲਬ ਬੱਚਿਆਂ ਨੂੰ ਸੰਭਣਾ ਹੁੰਦਾ ਫਿਰ ਉਹਨੂੰ ਇਹ ਹੁੰਦਾ ਵੀ ਕੋਈ ਮੈਨੂੰ ਨਿੰਦਣ ਆ ਜਾਵੇ ਜਾਂ ਤਾਂ ਤੂੰ ਖਾਣਾ ਨਹੀਂ ਚੰਗਾ ਬਣਾਇਆ ਜਾਂ ਤੂੰ ਸਫਾਈ ਨਹੀਂ ਕੀਤੀ ਹਨਾ ਉਹਨੂੰ ਹਰ ਇੱਕ ਪਾਸੋਂ ਆਏ ਹੁੰਦਾ ਵੀ ਮੈਂ ਚੰਗਾ ਕਹਾਵਾ ਵੀ ਪੂਰਾ ਸਾਰੇ ਕੰਮਾਂ ਤੇ ਉਤਰੇ ਉਤਰੇ ਮੈਂ ਜੀ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਆਪਣੇ ਬਾਰੇ ਸੋਚਣਾ ਭੁੱਲ ਜਾਂਦੀ ਆ ਹਨਾ ਤੇ ਇੱਕ ਦਿਨ ਇਦਾਂ ਦਾ ਹੋਣਾ ਚਾਹੀਦਾ ਵੀ ਜੇ ਇੱਕ ਮਹੀਨੇ ਦੇ ਵਿੱਚ ਆਪਾਂ ਉਹਦੀ ਉਹਨੂੰ ਨੋਕਾਟੋ ਕੀ ਹੀ ਕੀਤੀ ਆ ਤੇ ਇੱਕ ਦਿਨ ਉਹ ਚ ਇਦਾਂ ਦਾ ਹੋਵੇ ਜਦੋਂ ਆਪਾਂ ਉਹਨੂੰ ਇਹ ਕਹਿ ਸਕੀਏ ਵੀ ਹਾਂ ਤੂੰ ਅੱਜ ਆਪਦੀ ਮਰਜ਼ੀ ਕਰ ਲੈ ਹੈਨਾ ਜੇ ਉਹਦੀ ਚਾਹ ਕਰਦੇ ਹੋ ਤਾਂ ਤੁਸੀਂ ਭਲਾ ਉਹਨੂੰ 10 ਵਜੇ ਕਰ ਲੈ ਤੇ ਭਲਾ 12 ਵਜੇ ਕਰ ਲਈ ਹੈਨਾ ਜੇ ਘਰੇ ਖਾਣਾ ਖਾਣਿਓ ਜੇ ਅੱਜ 12:00 ਵੀ ਖਾਣਾ ਖਾ ਲਈ ਤਾਂ ਕੋਈ ਚੱਕਰ ਨਹੀਂ ਵੀ ਅੱਜ ਆਪਦੀ ਮਰਜ਼ੀ ਕਰ ਸਕਦੀ ਆ ਤਾਂ ਉਸ ਟਾਈਮ ਤੇ ਇੱਕ ਔਰਤ ਵੀ ਮੈਨੂੰ ਲੱਗਣਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀਓ ਉਹ ਗੱਲਾਂ ਭੁੱਲ ਜਾਂਦੀ ਐ ਵੀ ਇਸ ਟਾਈਮ ਤੇ ਇਹਨਾਂ ਨੇ ਮੈਨੂੰ ਤਾਨੇ ਵੀ ਮਾਰੇ ਸੀ ਹਨਾ ਦੇਖੋ ਅਰਚੇ ਕਹਿੰਦੇ ਤੁਹੰਦੇ ਵੀ ਔਰਤ ਜਿਹੜੀ ਹੁੰਦੀ ਬਹੁਤ ਵੀ ਸ਼ਰਮ ਹੁੰਦੀ ਐ ਹਨਾ ਵੀ ਉਹ ਗੁੱਸਾ ਜਿਹੜਾ ਹੁੰਦਾ ਤਾਨੇ ਮਾਰੇ ਉਹ ਜਲਦੀ ਭੁੱਲ ਜਾਂਦੀ ਉਹਨੂੰ ਮਾੜਾ ਜਿਹਾ ਹੌਸਲਾ ਦੇਦੀ ਇਹਨੇ ਨੂੰ ਖੁਸ਼ ਹੋ ਜਾਂਦੀ ਐ ਜੀ ਤੇ ਉਸ ਟਾਈਮ ਤੇ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਵੀ ਮੈਨੂੰ ਇੰਨੀ ਚੰਗੀ ਫੈਮਿਲੀ ਮਿਲੀ ਐ ਹਨਾ ਵੀ ਇਹਨੇ ਮੇਰੇ ਬਾਰੇ ਵੀ ਸੋਚਦੀ ਐ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਔਰਤਾਂ ਬਾਰੇ ਵੀ ਸੋਚਣਾ ਚਾਹੀਦਾ ਵੀ ਉਹਨਾਂ ਦੇ ਕੀ ਆਪਾਂ ਉਹਨਾਂ ਤੋਂ ਕੀ ਐਕਸਪੈਕਟ ਕਰਦੇ ਤੇ ਉਹ ਆਪਣੇ ਤੋਂ ਕੀ ਕਰਦੇ ਐ ਹਨਾ ਤਾਂ ਵੀ ਉਹਨਾਂ ਨੂੰ ਖੁਸ਼ ਰੱਖ ਸਕਦੇ ਆ ਬਿਲਕੁਲ ਅਰਚੀ ਜੀ ਜਦੋਂ ਆਪਾਂ ਖਾਣਾ ਬਣਾਉਨੇ ਆਪਾਂ ਨੂੰ ਉਦੋਂ ਹੀ ਪਤਾ ਲੱਗਦਾ ਕਈ ਵਾਰ ਆਪਾਂ ਤਾਂ ਕੋਈ 19 21 ਹੋ ਵੀ ਜਾਂਦੀ ਹੈ ਨਾ ਜਾਂ ਗਲਤੀ ਹੋ ਵੀ ਜਾਂਦੀ ਹੈ ਕਈ ਪਰਿਵਾਰਾਂ ਚ ਤਾਂ ਆਪਾਂ ਵੇਖਿਆ ਵੀ ਜੇ ਕੋਈ ਚੀਜ਼ ਨਾ ਸਵਾਦ ਬਣੇ ਤਾਂ ਅਗਲਾ ਚੁੱਪ ਹੋ ਜਾਂਦਾ ਉਵੇਂ ਖਾ ਲੈਂਦਾ ਤੇ ਕਈਆਂ ਨੂੰ ਟੋਕ ਟੋਕ ਦੀ ਜ਼ਿਆਦਾ ਆਦਤ ਹੁੰਦੀ ਹੈ ਨਾ ਵੀ ਇੱਕ ਦਿਨ ਵੀ ਕੋਈ ਚੀਜ਼ ਨਾ ਸਵਾਦ ਬਣੇ ਤਾਂ ਅਗਲਾ ਨਾਲ ਦੀ ਨਾਲ ਜਵਾਬ ਦੇ ਦਿੰਦਾ ਟੋਕ ਵੀ ਦਿੰਦਾ ਵੀ ਤੁਸੀਂ ਆ ਚੀਜ਼ ਐ ਕਿਉਂ ਨਹੀਂ ਬਣਾਈ ਤੇ ਐ ਬਣਾਉਣੀ ਸੀ ਹੈ ਨਾ ਵੀ ਪਰ ਆਪਾਂ ਨੂੰ ਐਵੇਂ ਨਾਲ ਦੀ ਨਾਲ ਮੈਨੂੰ ਲੱਗਦਾ ਟੋਕਣਾ ਵੀ ਨਹੀਂ ਚਾਹੀਦਾ ਤੇ ਉਦੋਂ ਸ਼ਾਂਤੀ ਰੱਖਣਾ ਚਾਹੀਦਾ ਮਨ ਵੀ ਹੋ ਸਕਦਾ ਵੀ ਅੱਜ ਨਹੀਂ ਸਵਾਦ ਬਣੀ ਤਾਂ ਸਵੇਰੇ ਇਦੂ ਜ਼ਿਆਦਾ ਸਵਾਦ ਵੀ ਬਣ ਸਕਦੀ ਹੈ ਹਨਾ हां बढ़िया ही ਹੁੰਦਾ ਜਿਵੇਂ ਹੁਣ ਆਪਾਂ ਕਈ ਵਾਰੀ ਨਾ ਆਪਾਂ ਨੂੰ ਇਹ ਸੋਚਿਆ ਵੀ ਨਹੀਂ ਹੁੰਦਾ ਜੀ ਹੁਣ ਆਪਾਂ ਕੋਈ ਗੱਲ ਕਹੀ ਜੰਦੇ ਆ ਨਾ ਕਿਸੇ ਨੂੰ ਕੋਈ ਬੁਰੀ ਲੱਗ ਗਈ ਤਾਂ ਉਹ ਬੰਦਾ ਨਾ ਇੱਕ ਵਾਰੀ ਕਹਿੰਦਾ ਵੀ ਕੋਈ ਨਹੀਂ ਤੇਰੇ ਦੇ ਟਾਈਮ ਆਉਣ ਦੇ ਮੈਂ ਹੀ ਗੱਲ ਕਰੂੰਗਾ ਹੀ ਕਰੂੰਗਾ ਹਨਾ ਤਾਂ ਆਪਾਂ ਇਹ ਸੋਚਿਆ ਵੀ ਨਹੀਂ ਹੁੰਦਾ ਜੇ ਦੋ ਬੰਦਾ ਆਪਾਂ ਨੂੰ ਆ ਕੇ ਗੱਲ ਕਹਿੰਦਾ ਫਿਰ ਆਪਾਂ ਉਹਨੂੰ ਪੁੱਛਦੇ ਆ ਵੀ ਤੂੰ ਮੈਨੂੰ ਕਿਉਂ ਗਿਆ ਹਨਾ ਉਹ ਅਰਛਾ ਆਪਾਂ ਤਾਂ ਕਹਿ ਕੇ ਭੁੱਲ ਜਾਈਂਦੇ ਤੇ ਅਗਲਾ ਆਪਦੇ ਮਨ ਦੇ ਵਿੱਚ ਜਿਵੇਂ ਕਹਿ ਦਿੰਦੇ ਨਾ ਖੁੱਭ ਗਈ ਗੱਲ ਉਹ ਤੇ ਖੁੱਭ ਜਾਂਦੀ ਹੈ ਤੇ ਵੀ ਇੰਨਾ ਮੈਨੂੰ ਲੱਗਦਾ ਵੀ ਕਿਸੇ ਬਾਰੇ ਮਾੜਾ ਨਹੀਂ ਸੋਚਣਾ ਜਿਹ ਮੋਬਾਈਲ ਫੋਨ ਗਵਾਚ ਗਿਆ ਤਾਂ ਮੈਂ ਉਸ ਟਾਈਮ ਤੇ ਮੈਨੂੰ ਆਏ ਸੀਗਾ ਹਨਾ ਵੀ ਜਿਹੜੀ ਚੀਜ਼ ਗੁੰਮ ਗਈ ਹੁਣ ਲੱਭਣੀ ਤਾਂ ਹੈ ਨਹੀਂ ਕਿਉਂਕਿ ਇਕੱਠ ਬਹੁਤ ਜ਼ਿਆਦਾ ਸੀਗਾ ਹਨਾ ਤੇ ਮੈਂ ਕਿਹਾ ਵੀ ਹੁਣ 10 ਕਿ ਮਿੰਟ ਤਾਂ ਮੈਂ ਲੱਭੇ ਲੁੱਭਿਆ ਹਨਾ ਤੇ ਫਿਰ ਮੈਂ ਕਿਹਾ ਚਲੋ ਆਪਾਂਲੇ ਇੰਜੋਏ ਕਰਨ ਦੇ ਤੇ ਆਪਾਂ ਦਾ ਇੰਜੋਏ ਕਰੋ ਹਨਾ ਹਾਂ ਵੀ ਗਵਾਚਣ ਨਾਲ ਧਗਵਾ ਚ ਹੀ ਗਿਆ ਹੁਣ ਤੇ ਵੀ ਹੁਣ ਲੱਭਦਾ ਤਾਂ ਹੈ ਨਹੀਂਗਾ ਤੇ ਭਲਾ ਕਿੰਨਾ ਮਰਜੀ ਮੱਥਾ ਮਾਰੀ ਚਲੋ ਮੈਂ ਕਿਹਾ ਫੰਕਸ਼ਨ ਵੀ ਖਰਾਬ ਹੋ ਗਿਆ ਤੇ ਮੇਰਾ ਫੋਨ ਵੀ ਗਿਆ ਹਨਾ ਤੇ ਵੀ ਦੋ ਚੀਜ਼ਾਂ ਖਰਾਬ ਕਰਨ ਨਾਲ ਚਲੋ ਇੱਕ ਜਿਹੜੀ ਖਰਾਬ ਹੋਈ ਕਿਤੇ ਦੂਜੀ ਤਾਂ ਆਪਾਂ ਮੰਨ ਲਈਏ ਹਨਾ ਸਹੀ ਗੱਲ ਹੈ ਵੀ ਉਹ ਤਾਂ ਆਪਣੇ ਆਪ ਦੇ ਬਸ ਆ ਉਹਦੇ ਵਿੱਚ ਤਾਂ 对。 ਤੇ ਉਹਨਾਂ ਕਾਫੀ ਟੈਪ ਹੋ ਗਿਆ ਉਸ ਚੀ ਨੂੰ ਹਨਾ ਤੇ ਹੁਣ ਵੀ ਜਦੋਂ ਮੈਂ ਕਿਤੇ ਜਾਈ ਨੀ ਹੈ ਨਾ ਤੇ ਮੈਨੂੰ ਸਾਰੇ ਆਨੇ ਪੁੱਛਣ ਲੱਗਦੇ ਤੇਰਾ ਫੋਨ ਕਿਵੇਂ ਗਵਾਚ ਗਿਆ ਮੈਂ ਕਿ ਉਹ ਗੱਲ ਤਾਂ ਮੈਂ ਉੱਥੇ ਛੱਡਤੀ ਸੀਗੀ ਦੁਕਾਨ ਤਾਂ ਹਨਾ ਬੈਠ ਵੀ ਜੇ ਮੈਂ ਉਹੀ ਚੀ ਸੋਚੀ ਜਾਵਾ ਫਿਰ ਤਾਂ ਮੈਂ ਕਿ ਮੈਂ ਇਹ ਦੁਆ ਅੱਗੇ ਨਹੀਂ ਵਾ ਸਕਦੀ ਨਾ ਫਿਰ ਤੇ ਮੈਨੂੰ ਆਈ ਲੱਗਿਓ ਵੀ ਹਾਏ ਮੇਰੇ ਇਨੇ ਦਾ ਫੋਨ ਗਵਾਚ ਗਿਆ ਹਾਂ ਸਹੀ ਬਿਲਕੁਲ ਉਹ ਚੀਜ਼ਾਂ ਆਪਾਂ ਨੂੰ ਮੈਨਾਂ ਤਾਂ ਟਾਈਮ ਟੂ ਟਾਈਮ ਛੱਡ ਦੇਣੀਆਂ ਚਾਹੀਦੀਆਂ ਬਿਲਕੁਲ ਅਰ ਚ ਜਿਵੇਂ ਹੁਣ ਤੁਹਾਨੂੰ ਪਤਾ ਲੱਗ ਗਿਆ ਸੀ ਮੇਰਾ ਫੋਨ ਨਹੀਂ ਮਿਲਣਾ ਮੈਨੂੰ ਨਹੀਂ ਲੱਭਣਾ ਹਨਾ ਤੇ ਮੈ ਕਰ ਲੈਂਦੇ ਤੇ ਫੋਨ ਤੱਕ ਵਾਚੇ ਗਵਾਚਾ ਸੀ ਹੈਨਾ ਤੇ ਤੁਹਾਡੇ ਵਾਲੀ ਗੱਲ ਕਈ ਵਾਰ ਆਪਾਂ ਉਹ ਕੱਲ ਤਾਂ ਭੁੱਲ ਜਾਂਦੇ ਤੇ ਪਰ ਅਗਲੇ ਦਿਨ ਯਾਦ ਹੁੰਦੀ ਤੇ ਉਹ ਆਪਾਂ ਨੂੰ ਯਾਦ ਕਰਾਉਂਦੇ ਭੁਲਾਨੇ ਟਾਈਮ ਤੇ ਨਾ ਚੀਜ਼ ਗੱਲ ਹੋਈ ਸੀ ਹੈਨਾ ਜੀ ਵੇਖੋ ਹਰ ਜੀ ਮੈਂ ਕਹਿੰਦੇ ਹੁੰਦੇ ਤਨ ਤੇ ਮਨ ਦੋਨੇ ਇੱਕੋ ਜਿਹੇ ਹੁੰਦੇ ਹਨ ਜੇ ਆਪਣਾ ਤਨ ਸਾਫੂਗਾ ਤਾਂ ਮਨ ਵੀ ਸਾਫੂ ਜੇ ਮਨ ਸਾਫੂਗਾ ਤਾਂ ਤਨ ਵੀ ਸਾਫੂਗਾ ਤੇ ਵੇਖੋ ਜੀ ਮੈਂ ਆਪਾਂ ਨਿਤ ਨਹਾਉਣੇ ਆਪਦਾ ਧੋਣੇ ਆਪਦੇ ਸਾਫ ਕੱਪੜੇ ਪਾਉਣੇ ਆਪਾਂ ਨੂੰ ਐ ਹੁੰਦਾ ਵੀ ਅਸੀਂ ਸੋਹਣੇ ਹੋਣੇ ਚਾਹੀਦੇ ਹਨ ਆਪਾਂ ਉਪਰੋਂ ਤਾਂ ਸੋਹਣੇ ਹੋ ਜਾਈਏ ਪਰ ਸਾਡਾ ਮਨ ਵੀ ਅੰਦਰੋਂ ਸਾਫ ਹੋਣਾ ਚਾਹੀਦਾ ਹਨ ਜੇ ਸਾਡਾ ਮਨ ਸਾਫੂਗਾ ਤਾਂ ਆਪਦੀ ਜ਼ਿੰਦਗੀ ਜਿਹੜੀ ਆਪਾਂ ਵਧੀਆ ਜਿਉਵਾਂਗੇ ਖੁਸ਼ੀ ਖੁਸ਼ੀ ਜਿਉਵਾਂਗੇ ਫਿਰ ਜੀ ਉਹ ਵਧੀਆ ਖੰਡਾਈ ਜਾਂਦੀ ਏ ਜ਼ਿੰਦਗੀ ਹਨ ਹੁਣ ਤੁਸੀਂ ਦੇਖੋ ਭਣੀ ਪੰਜਾਬੀਆਂ ਦੀ ਆਪਾਂ ਆਪ ਦੇਖ ਲਈ ਤੇ ਚਾਹ ਨੂੰ ਬਹੁਤ ਪਸੰਦ ਕਰਦੇ ਆ ਹਨ ਜੇ ਉਹ ਚਾਹ ਨੂੰ ਪਸੰਦ ਕਰਦੇ ਜੇ ਇੱਕ ਟਾਈਮ ਤੇ ਆਖਿਓ ਚਾਹ ਨੂੰ ਛੱਡ ਸਕਦੇ ਆ ਨਾ ਤਾਂ ਮਾੜੀਆਂ ਗੱਲਾਂ ਨੂੰ ਵੀ ਛੱਡ ਸਕਦੇ ਆ ਹਨ ਕਿਉਂਕਿ ਅੱਜ ਕੱਲ ਆਪਾਂ ਨਾ ਮਾੜੀਆਂ ਗੱਲਾਂ ਨੂੰ ਇੱਕ ਚਾਹ ਵਾਂਗ ਲੈ ਰਹੇ ਆ ਉਹਨੂੰ ਆਪਾਂ ਐ ਉਹ ਆਪਣੇ ਦਿਮਾਗ ਦੇ ਅੰਦਰ ਭਰੀਏ ਨੇ ਭਰੀਏ ਨੇ ਭਰੀਏ ਨੇ ਨਾ ਆਪਾਂ ਨੂੰ ਨਹੀਂ ਪਤਾ ਵੀ ਉਹ ਆਪਣੇ ਤੇ ਮਾੜਾ ਅਸਰ ਕਰੀ ਜਾਂਦੀ ਆ ਹਨਾ ਆਪਾਂ ਨੂੰ ਕੋਈ ਪਤਾ ਵੀ ਹੋਵੇ ਅਰਚ ਵੀ ਸਾਡੇ ਤੇ ਮਾੜਾ ਅਸਰ ਪੈਂਦਾ ਪਰ ਫਿਰ ਵੀ ਅਗਲਾ ਉਹ ਗੱਲਾਂ ਨਹੀਂ ਨੋਟ ਕਰਨੋਂ ਹਟਦਾ ਜੀ ਕਿਉਂਕਿ ਉਹ ਆਦਤ ਬਣ ਜਾਂਦੀ ਆ ਨਾ ਪਹਿਣੀ ਹੌਲੀ ਹੌਲੀ ਉਹ ਆਦਤ ਵੱਧਦੀ ਜਾਂਦੀ ਆ ਜੇ ਆਪਾਂ ਇੱਕ ਟਾਈਮ ਤੇ ਆ ਕੇ ਮੇਰੇ ਨਾਲ ਦੱਸ ਉਹ ਚਾਹ ਛੱਡ ਸਕਦੇ ਨੇ ਤਾਂ ਮਾੜੀਆਂ ਗੱਲਾਂ ਵੀ ਛੱਡੀਆਂ ਜਾ ਸਕਦੀਆਂ ਤਾਂ ਆਪਾਂ ਨੂੰ ਮਾੜਾ ਮਾੜੀ ਚੀਜ਼ ਨੂੰ ਛੱਡ ਕੇ ਤੇ ਇੱਕ ਚੰਗੀ ਸੋਚ ਅਪਣਾਉਣੀ ਚਾਹੀਦੀ ਚੰਗੀ ਚੀਜ਼ ਕਰਨੀ ਚਾਹੀਦੀ ਹਨਾ ਆਪਾਂ ਜਿਹ ਚੰਗਾ ਆਪਦਾ ਆਲਾ ਦ ਤਾਂ ਉਹਦੇ ਨਾਲ ਨਾਲ ਆਪਣੀ ਸੋਚ ਵੀ ਏਡੀ ਚੰਗੀ ਹੋਊਗੀ ਬਿਲਕੁਲ ਅਰਚ ਜਿਵੇਂ ਆਪਣੇ ਛੋਟਾ ਬੱਚਾ ਹੁੰਦਾ ਹੈ ਨਾ ਛੋਟੇ ਬੱਚੇ ਜਦੋਂ ਕੋਈ ਗਲਤ ਗੱਲ ਕਰਦਾ ਜਾਂ ਗਲਤ ਗੱਲ ਸਿੱਖਦਾ ਕਿਸੇ ਤੋਂ ਆਪਾਂ ਉਹਦੋਂ ਉਹਨੂੰ ਟੋਕਦੇ ਆ ਹਨਾ ਵੀ ਆਪਾਂ ਨੂੰ ਆਏ ਹੁੰਦਾ ਵੀ ਇਹਨੂੰ ਗੰਦੀ ਆਦਤ ਨਾ ਪੈ ਜਾਏ ਕੋਈ ਵੀ ਚੰਗੀ ਆਦਤ ਹੀ ਪਾਵੇ ਬੱਚੇ ਨੂੰ ਵੀ ਹਨਾ ਜੀ ਤਾਂ ਭੈਣੀ ਹੁਣ ਫਿਰ ਲੈ ਲਈਏ ਆਪਾਂ ਹੀ ਜਾਇਤ ਬਿਲਕੁਲ ਅਰਚ ਆਪਾਂ ਨੂੰ ਲੈਣੀ ਚਾਹੀਦੀ ਹੈ ਜੀ ਫਿਰ ਮਿਲਦੇ ਆ ਤੇ ਕਰਦੇ ਆ ਗੱਲਬਾਤ ਤਦ ਤੱਕ ਲਈ ਦੇਖਦੇ ਰਹੋ ਵਿਰਾਸਤ ਟੀਵੀ ਸਾਡੀ ਵਿਰਾਸਤ ਸਾਡੀ ਪਹਿਚਾਣ